ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਘਟਨਾਵਾਂ ਹੁੰਦੀਆਂ ਨੇ ਵਾਪਰਦੀਆਂ ਨੇ ਨਵੀਆਂ ਖਬਰਾਂ ਰੋਜ਼ ਨਵਾਂ ਸਵੇਰ ਜਿਹੜੀ ਚੜ੍ਹਦੀ ਹੈ ਉਹ ਲੈ ਕੇ ਆਉਂਦੇ ਆ ਪਰ ਕਈ ਸੀਰੀਅਸ ਇਸ਼ੂ ਹੁੰਦੇ ਆ ਜਿਹੜੇ ਤੁਹਾਡੇ ਦਿਮਾਗ ਤੇ ਤੁਹਾਡੇ ਜ਼ਿਹਨ ਚੋਂ ਨਹੀਂ ਜਾਂਦੇ ਕਹਿੰਦੇ ਹਨ ਕਿ ਪਲੋਂ ਨੇ ਖਤਾ ਕੀ ਔਰ ਸਦੀਆਂ ਨੇ ਸਜ਼ਾ ਪਾਈ ਉਹੋ ਜਿਹਾ ਹੀ ਇੱਕ ਬ੍ਰਿਤਾਂਤ ਜਿਹੜਾ ਸਨ 1984 ਦੇ ਵਿੱਚ ਵਾਪਰਿਆ ਇੰਡੀਆ ਦੇ ਵਿੱਚ ਅਕਾਲ ਤਖਤ ਸਾਹਿਬ 'ਤੇ ਅਟੈਕ ਹੋਣਾ ਭਾਰਤੀ ਫੌਜ ਵੱਲੋਂ ਅਤੇ ਉਸ ਤੋਂ ਬਾਅਦ ਦਰਸ਼ਕੋ ਥੋੜ੍ਹੇ ਦਿਨਾਂ ਬਾਅਦ ਇੱਕ ਦੋ ਮਹੀਨਿਆਂ ਬਾਅਦ ਦਰਬਾਰ ਸਾਹਿਬ 'ਤੇ ਜਿਹੜਾ ਅਟੈਕ ਤੋਂ ਬਾਅਦ ਦੀ ਗੱਲ ਕਰ ਰਿਹਾ ਕਿ 31 ਅਕਤੂਬਰ 1984 ਨੂੰ ਉਦੋਂ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਜਿਹੜਾ ਹੈ ਐਸੈਸੀਨੇਸ਼ਨ ਹੋਣਾ ਔਰ ਉਸ 'ਤੇ ਇੱਕ ਦਿਨ ਬਾਅਦ ਜਾਂ ਕੁਛ ਘੰਟਿਆਂ ਬਾਅਦ ਹੀ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਸਿੱਖਾਂ ਦਾ ਘਾਣ ਹੋਣਾ ਸ਼ੁਰੂ ਹੋਣਾ ਮੈਂ ਤੁਹਾਨੂੰ ਇਹ ਕਹੂੰਗਾ ਕਿ ਮੈਂ ਸਿਕੇਰ ਕਿਉਂਕਿ ਦੰਗਾ ਸ਼ਬਦ ਉਦੋਂ ਆਪਾਂ ਵਰਤੀਦੇ ਦੋ ਬੰਦੇ ਜਾਂ ਦੋ ਪਾਰਟੀਆਂ ਲੜਦੀਆਂ ਸ਼ਰੇਆਮ ਸਿੱਖਾਂ ਦੇ ਘਰਾਂ 'ਤੇ ਨਿਸ਼ਾਨੀਆਂ ਲਾ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਣਾ ਔਰ ਇੱਕ ਸਦੀਆਂ ਤੋਂ ਚੱਲਾ ਆਇਆ ਕਿ ਇਹ ਆਪਣੇ ਜਿਹੜੇ ਸਿੱਖ ਭਾਈਚਾਰਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦਾ ਹੈ ਪਰ ਉਹ ਜਿਹੜੇ 3-4 ਦਿਨ ਸੀ ਚਾਹੇ ਉਹ ਦਿੱਲੀ ਹੈ ਮੇਰਠ ਹੈ ਕਾਨਪੁਰ ਹੈ ਕਲਕੱਤਾ ਹੋਰ ਵੱਡੇ ਸ਼ਹਿਰ ਦਾ ਮੈਂ ਜਿੰਨੇ ਮਰਜ਼ੀ ਨਾਂ ਲੈ ਲਵਾਂ ਪਰ ਗੱਲ ਆਪਾਂ ਜੇ ਆਪਾਂ ਖਾਸ ਕਰਕੇ ਦਿੱਲੀ ਦੀ ਕਰੀਏ ਤਾਂ ਬਹੁਤ ਹੀ ਮਾੜਾ ਵਰਤਾਂਤ ਉਹਨਾਂ ਟਾਈਮਾਂ ਦੇ ਵਿੱਚ ਉਸ ਜਿਹੜੇ 3-4 ਦਿਨਾਂ ਵਿੱਚ ਵਾਪਰਿਆ ਆਪਾਂ ਗੱਲ ਕਰਦੇ ਹਾਂ ਕਿ ਜੇ ਆਲ ਓਵਰ ਇੰਡੀਆ ਲਈਏ ਤਾਂ ਅੰਕੜੇ ਇਹ ਕਹਿੰਦੇ ਜਿਹੜੇ ਅਫੀਸ਼ੀਅਲ ਨੇ 15 ਤੋਂ 17 ਹਜ਼ਾਰ ਸਿੱਖ ਮਾਰੇ ਗਏ ਵਿੱਚ ਜਨਾਨੀਆਂ ਅਤੇ ਬੱਚੇ ਅਤੇ ਸਾਡੀਆਂ ਯੰਗ ਭੈਣਾਂ ਵੀ ਸੀਗੀਆਂ ਪਰ ਗੱਲ ਗੱਲ ਆਪਾਂ ਕਰਦੇ ਹਾਂ ਕਿ ਇਹ ਇਹਨਾਂ ਦੇ ਵਿੱਚ ਪਿੱਛੇ ਸਾਈਕਾਲੋਜੀ ਕੀ ਸੀਗੀ ਕਿਸੇ ਗਿਣੇ ਮਿੱਥੇ ਢੰਗ ਨਾਲ ਕਿਉਂ ਕੀਤਾ ਗਿਆ ਕੀ ਕਾਰਨ ਕੀ ਸੀ ਰੈਪਟ ਜਿਹੜੀਆਂ ਹੈਗੀਆਂ ਨਾ ਵੀਕਾਲ ਆਪਾਂ ਅਰਦਾਸ ਕਰ ਸਕਦੇ ਹਾਂ ਦਰਸ਼ਕੋ ਕਿ ਇੱਦਾਂ ਦਾ ਮਾੜਾ ਵਰਤਾਂਤ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ 'ਚ ਕਦੇ ਨਾ ਹੋਵੇ ਔਰ ਦੁਨੀਆ ਦੇ ਕਿਸੇ ਕੋਨੇ ਨਾ ਮੈਂ ਗੱਲ ਮਿਨੋਰਟੀ ਦੀ ਨਹੀਂ ਕਰ ਰਿਹਾ ਮੈਂ ਪੂਰੀ ਇਨਸਾਨੀਅਤ ਦੀ ਗੱਲ ਕਰ ਰਿਹਾ ਕਿ ਇੱਦਾਂ ਦਾ ਮਾੜਾ ਵਰਤਾਂਤ ਕਿਸੇ ਨਾਲ ਨਾ ਵਰਤੇ ਕਿਉਂਕਿ ਇਹ ਦਾਗ ਛੱਡ ਜਾਂਦਾ ਇਕੱਲੀ ਇੱਕ ਕੌਮ 'ਤੇ ਨਹੀਂ ਇਕੱਲੀ ਇੱਕ ਕਿਸੇ ਸਰਕਾਰ 'ਤੇ ਨਹੀਂ ਪੂਰੀ ਇਨਸਾਨੀਅਤ 'ਤੇ ਜੋ ਹੈ ਉਹ ਦਾਗ ਛੱਡ ਜਾਂਦਾ ਹੈ ਆਪਾਂ ਇਹਦੇ ਪਿੱਛੇ ਜਿਹੜਾ ਪਿਛੋਕੜ ਕੀ ਸੀ ਔਰ ਫਿਰ ਉਸ ਤੋਂ ਬਾਅਦ ਜਿਹੜੇ ਗੁਨਾਹਗਾਰ ਸੀ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਮਿਲੀ ਜੇ ਮਿਲੀ ਤਾਂ ਇੰਨਾ ਟਾਈਮ ਕਿਉਂ ਲੱਗਿਆ ਕੌਣ ਸੀ ਜਿਹੜਾ ਇਹਨਾਂ ਨੂੰ ਪਰਦੇ ਦੇ ਪਿੱਛੇ ਬਚਾ ਰਿਹਾ ਸੀਗਾ ਕੀ ਕਾਰਨ ਬਣੇ ਹੋਣਗੇ ਉਹਨਾਂ ਟਾਈਮਾਂ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ 'ਤੇ ਝਾਤ ਪਾਉਣ ਨੂੰ ਆਪਣੇ ਨਾਲ ਬਣੇ ਹੋਏ ਨੇ ਮੋੜੀ ਮਾਣਮਤੀ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਹੀ ਲੰਬੀ ਲੜਾਈ ਲੜੀ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਵਿੱਚ ਉਹ ਕਾਮਯਾਬ ਵੀ ਹੋਏ ਕੁਛ ਹਾਲੇ ਵੀ ਟਰਾਈ ਕਰ ਰਹੇ ਹਾਂ ਆਪਾਂ ਇਹਨਾਂ ਦੇ ਨਾਲ ਵੀ ਇਹਨਾਂ ਲਈ ਅਰਦਾਸ ਕਰ ਸਕਦੇ ਹਾਂ ਕਿ ਇਸੇ ਜਜ਼ਬੇ ਨਾਲ ਅੱਗੇ ਵੱਧਦੇ ਰਹਿਣ ਅਤੇ ਅੱਗੇ ਆਪਦਾ ਕੰਮ ਕਰਦੇ ਰਹਿਣ ਮੇਰੇ ਕਹਿਣ ਤੋਂ ਭਾਵ ਸੀਨੀਅਰ ਐਡਵੋਕੇਟ ਸਰਦਾਰ ਹਰਵਿੰਦਰ ਸਿੰਘ ਫੂਲਕਾ ਜਿਨ੍ਹਾਂ ਨੂੰ ਆਪਾਂ ਐਚਐਸ ਫੂਲਕਾ ਵੀ ਕਹਿ ਲੈਂਦੇ ਹਾਂ ਉਹ ਆਪਣੇ ਨਾਲ ਜੁੜੇ ਹੋਏ ਇਹਨਾਂ ਤੋਂ ਸਾਰੇ ਕੁਐਸਚਨ ਪੁੱਛਦੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਫੂਲਕਾ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਓਪਨ ਪਲੇਟਫਾਰਮ ਪ੍ਰੋਗਰਾਮ 'ਤੇ ਜਸ ਪੰਜਾਬੀ ਦੇ ਮੰਚ 'ਤੇ ਮੇਰੇ ਵੱਲੋਂ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਫੁਲਕਾ ਸਾਹਿਬ ਜੇ ਉਹ ਆਪਾਂ ਦਿਨ ਯਾਦ ਕਰੀਏ ਜਿਹੜੀ ਮੈਂ ਭੂਮਿਕਾ ਦੇ ਵਿੱਚ ਗਿਆ ਜੇ ਉਹ ਦਿਨ ਮਹੀਨੇ ਯਾਦ ਕਰੀਏ ਤਾਂ ਇੱਕ ਬਹੁਤ ਹੀ ਦੁੱਖ ਦੀ ਰਗ ਜਿਹੜੀ ਹੈ ਹਰ ਇਨਸਾਨ ਮੈਂ ਗੱਲ ਸਿੱਖਾਂ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਇੱਕ ਇਨਸਾਨ ਹੈ ਇੱਕ ਅੱਛਾ ਇਨਸਾਨ ਆ ਉਹਦੇ ਅੰਦਰ ਉਹਦੇ ਜ਼ਹਿਨ ਦੇ ਵਿੱਚ ਪੀੜਾ ਕਰਕੇ ਜਾਂਦੀ ਹੈ ਜਿਹੜਾ ਉਹ ਦਿਨਾਂ ਨੂੰ ਯਾਦ ਕਰੀਏ ਅਸੀਂ ਕਹਿ ਸਕਦੇ ਹਾਂ ਕਿ ਦਰਬਾਰ ਸਾਹਿਬ 'ਤੇ ਅਟੈਕ ਹੋਣਾ ਬਹੁਤ ਮਾੜਾ ਸੀ ਮਾੜਾ ਹੋਇਆ ਰੱਬ ਨਾ ਕਰੇ ਇੱਦਾਂ ਦੀ ਕਦੇ ਕੋਈ ਦੁਬਾਰਾ ਘਟਨਾ ਵਾਪਰੇ ਰੱਬ ਨਾ ਕਰੇ ਕੋਈ ਕਿਸੇ ਨੂੰ ਮਾਰੇ ਚਾਹੇ ਉਹ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਇੱਕ ਸਧਾਰਨ ਵਿਅਕਤੀ ਹੈ ਅਤੇ ਰੱਬ ਨਾ ਕਰੇ ਉਸ ਤੋਂ ਬਾਅਦ ਆਹ ਕੁਛ ਹੋਵੇ ਜਿਹੜੂ ਮੈਂ ਸਿਕਿਅਰ ਕਹਿੰਦੇ ਹਾਂ ਕਿ ਸ਼ਰੇਆਮ ਕਤਲੇਆਮ ਹੋਣਾ ਫੁਲਕਾ ਸਾਹਿਬ ਮੈਂ ਭੂਮਿਕਾ ਦੇ ਵਿੱਚ ਕਾਫੀ ਕੁਛ ਤੁਹਾਨੂੰ ਐਕਸਪਲੇਨ ਤਾਂ ਕਰਤਾ ਔਰ ਤੁਹਾਡੇ ਤੋਂ ਕੁਛ ਵੀ ਲੁਕਿਆ ਹੋਇਆ ਨਹੀਂ ਗਾ ਮੈਨੂੰ ਇਹ ਦੱਸੋ ਕਿ ਇਹ ਜੋ ਹੋ ਜਾਂਦਾ ਆ ਅਸੈਸੀਨੇਸ਼ਨ ਤੋਂ ਬਾਅਦ ਜਿਹੜਾ 3-4 ਦਿਨ ਕਤਲੇਆਮ ਹੋਣਾ ਅਗੇਨ ਦਿੱਲੀ ਦੇ ਵਿੱਚ ਹੋਰ ਵੱਡੇ ਸ਼ਹਿਰਾਂ 'ਚ ਜਿੱਥੇ ਮੈਨੂੰ ਪਤਾ ਲੱਗਿਆ ਤੁਸੀਂ ਵੀ ਉਹਨਾਂ ਦਿਨਾਂ ਦੇ ਵਿੱਚ ਦਿੱਲੀ ਸੀਗੇ ਇਹਦੇ ਪਿੱਛੇ ਸਾਈਕਾਲੋਜੀ ਕੀ ਸੀਗੀ ਪਿੱਛੇ ਪਿੱਛੇ ਉਹਨਾਂ ਦਾ ਮੈਸੇਜ ਕੀ ਉਹ ਕਿਉਂ ਕਰਨਾ ਚਾਹੁੰਦੇ ਸੀਗੇ ਜਿਨ੍ਹਾਂ ਨੇ ਅਸੈਸੀਨੇਟ ਕੀਤਾ ਉਹਨਾਂ ਨੂੰ ਸਜ਼ਾ ਇੱਕ ਤਾਂ ਪਤਾ ਨਹੀਂ ਕਿੱਦਾਂ ਰੱਬ ਵੱਲੋਂ ਮਿਲ ਗਈ ਦੂਜੀ ਉਹਨਾਂ ਨੂੰ ਦੇ ਦਿੰਦੇ ਜਿਨ੍ਹਾਂ ਨੇ ਕੀਤਾ ਇਹ ਪੂਰੀ ਕੌਮ ਦਾ ਕਹਾਣੀ ਆ ਇਨਸਾਨੀਅਤ ਦਾ ਕਹਾਣ ਕਰਨਾ ਇਹਦੇ ਪਿੱਛੇ ਪੂਰੀ ਸਾਈਕਾਲੋਜੀ ਕੀ ਸੀਗੀ ਪੂਰੀ ਸਾਈਕਾਲੋਜੀ ਕੀ ਸੀ ਪਹਿਲੀ ਗੱਲ ਤਾਂ ਗੁਰਲਾਲ ਜੀ ਮੈਂ ਤੁਹਾਨੂੰ ਦੱਸਾਂ ਤੁਸੀਂ ਜਦੋਂ ਕਿਹਾ ਹੁਣੇ ਕਿ ਜਿਹੜੇ ਮੁੱਦੇ ਹੁੰਦੇ ਆ
ਮਤਲਬ ਕਿ ਇਹ ਮੁੱਦੇ ਨੂੰ ਨਾ ਮੈਂ ਦੇਖਿਆ ਕਿ ਸਿੱਖ ਕੌਮ ਤੇ ਸੰਗਤ ਇਹਨੂੰ ਕਰੰਟ ਇਸ਼ੂ ਸਮਝਦੀ ਰਹੀ ਜਦੋਂ ਤੱਕ ਸੱਜਣ ਕੁਮਾਰ ਨੂੰ ਸਜ਼ਾ ਨਹੀਂ ਸੀ ਹੋਈ। ਜੀ ਜਦੋਂ ਸੱਜਣ ਕੁਮਾਰ ਨੂੰ ਸਜ਼ਾ ਹੋਈ, ਹੁਣ ਅੱਜ 3 ਸਾਲ ਹੋਣ ਵਾਲੇ ਹੋ ਗਏ ਆ, ਤੇ ਉਦੋਂ ਤੋਂ ਨਾ ਇਹਨੂੰ ਕਰੰਟ ਮੁੱਦੇ ਤੋਂ ਇਹ ਹਿਸਟਰੀ ਚ ਮੂਵ ਕਰ ਗਿਆ। ਜੀ ਬਲਕਿ ਉਦੋਂ ਲੋਕਾਂ ਨੂੰ ਕਈ ਉਹ ਕਿ ਹਾਂ ਹੁਣ ਕੁਛ ਨਾ ਕੁਛ ਤਾਂ ਹੋਇਆ। ਹੁਣ ਮੈਂ ਜ਼ਿਆਦਾਤਰ ਦੇਖਿਆ ਕਿ ਹੁਣ ਜਿਵੇਂ ਹਿਸਟੋਰਿਕ ਮੁੱਦਾ ਹੁੰਦਾ ਨਾ, ਹੁਣ ਉਸ ਤਰ੍ਹਾਂ ਦਾ ਰਹਿ ਗਿਆ। ਇਹ ਕਰੰਟ ਟੌਪਿਕ ਆਮ ਤੌਰ ਤੇ ਸੰਗਤ ਇਹਨੂੰ ਨਹੀਂ ਸਮਝਦੀ, ਜ਼ਿਆਦਾ ਇੰਟਰਸਟ ਆਪਣਾ ਕਰੰਟ ਟੌਪਿਕ ਦੇ ਵਿੱਚ ਹੁੰਦਾ। ਹਿਸਟੋਰਿਕ ਮੁੱਦਿਆਂ ਦੇ ਵਿੱਚ ਇੰਟਰਸਟ ਮਤਲਬ ਕਿ ਡਿਫਰੈਂਟ ਤਰ੍ਹਾਂ ਦਾ ਹੁੰਦਾ। ਜੀ ਜਿਹੜੀ ਤੁਸੀਂ ਗੱਲ ਕੀਤੀ ਆ ਮੁੱਦਿਆਂ ਦੀ, ਮੈਂ ਤਾਂ ਉਹਦਾ ਤੁਹਾਨੂੰ ਦੱਸ ਰਿਹਾ। ਹੁਣ ਜਿਹੜੀ ਇਹ ਤੁਸੀਂ ਬੜਾ ਇੰਪੋਰਟੈਂਟ ਕੁਐਸਚਨ ਪੁੱਛਿਆ ਕਿ ਇਹ ਹੋਇਆ ਕਿਉਂ, ਜੀ ਇਹਦੇ ਪਿੱਛੇ ਸਾਈਕੀ ਕੀ ਸੀ। ਮਤਲਬ ਕਿ ਜਿਹੜਾ ਅਸੈਸੀਨੇਸ਼ਨ ਤਾਂ ਰਾਜੀਵ ਗਾਂਧੀ ਦੀ ਵੀ ਹੋਈ, ਰਾਈਟ, ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਤੋਂ ਬਾਅਦ ਕਿਉਂ ਨਹੀਂ ਹੋਇਆ? ਪਹਿਲਾਂ ਤਾਂ ਪਤਾ ਨਹੀਂ ਸੀਗਾ, ਚਲੋ ਤਾਮਿਲਿਨ ਨੇ ਕੀਤੀ ਆ, ਬਟ ਬੜੀ ਜਲਦੀ ਪਤਾ ਚੱਲ ਗਿਆ ਤਾਮਿਲਿਨ ਨੇ ਕੀਤੀ ਆ। ਕੁਛ ਨਹੀਂ ਹੋਇਆ ਉਦੋਂ, ਕਿਉਂ ਨਹੀਂ ਹੋਇਆ, ਇੱਥੇ ਕਿਉਂ ਹੋਇਆ? ਇਹਦਾ ਬਹੁਤ ਵੱਡਾ ਕਾਰਨ ਆ, ਔਰ ਇਹਦਾ ਕਾਰਨ ਆ ਜਿਹੜਾ ਉਹੀ ਉਹੀ ਕਾਰਨ ਹੈ ਦਰਬਾਰ ਸਾਹਿਬ ਦੇ ਹਮਲੇ ਦਾ ਕਾਰਨ। ਮਤਲਬ ਕਿ ਇਹ ਚੀਜ਼ ਜਿਹੜੀ ਜ਼ਿਆਦਾਤਰ ਹਾਂ ਦੱਬ ਦੱਬ ਕੇ ਗੱਲਾਂ ਹੋਈਆਂ ਨੇ, ਪਰ ਇਹਦੇ ਬਾਰੇ ਖੁੱਲ੍ਹ ਕੇ ਗੱਲਾਂ ਸਿੱਖ ਕੌਮ ਦੇ ਵਿੱਚ ਵੀ ਨਹੀਂ ਹੋਈਆਂ। ਇਹਦਾ ਜਿਹੜਾ ਅਸਲੀ ਕਾਰਨ ਆਉਂਦਾ ਉਹ ਐਮਰਜੈਂਸੀ ਦੇ ਦਿਨਾਂ 'ਚ 1975 'ਚ। ਜੀ 1975 ਜਦੋਂ ਐਮਰਜੈਂਸੀ ਡਿਕਲੇਅਰ ਹੋਈ, ਉਸ ਟਾਈਮ ਦੇ ਉੱਤੇ ਇੰਦਰਾ ਗਾਂਧੀ ਨੇ ਪੂਰੇ ਦਾ ਪੂਰਾ ਇੰਡੀਆ ਨੂੰ ਕੰਟਰੋਲ ਜੀ, ਵੱਡੀਆਂ ਵੱਡੀਆਂ ਪਾਰਟੀਆਂ ਸਾਰੀਆਂ ਚੁੱਪ ਕਰਕੇ ਬੈਠ ਗਈਆਂ। ਸਾਰੇ ਇੰਡੀਆ ਤੋਂ ਇੱਕ ਵੀ ਜਗ੍ਹਾ ਨਹੀਂ ਸੀ ਜਿੱਥੇ ਕਿ ਇੰਦਰਾ ਗਾਂਧੀ ਦੇ ਖਿਲਾਫ ਕੋਈ ਵਿਰੋਧ ਦੀ ਆਵਾਜ਼ ਉੱਠਦੀ ਹੋਵੇ। ਇੱਕੋ ਇੱਕ ਜਗ੍ਹਾ ਸੀਗੀ, ਉਹ ਸੀਗਾ ਅਕਾਲ ਤਖ਼ਤ ਸਾਹਿਬ ਤੋਂ ਜੱਥਾ ਰੋਜ਼ 19 ਮਹੀਨੇ ਐਮਰਜੈਂਸੀ ਚੱਲੀ। 19 ਦੇ 19 ਮਹੀਨੇ ਅਕਾਲ ਤਖ਼ਤ ਸਾਹਿਬ ਤੋਂ ਜੱਥਾ ਨਿਕਲਦਾ ਸੀ, ਇੰਦਰਾ ਗਾਂਧੀ ਮੁਰਦਾਬਾਦ ਐਮਰਜੈਂਸੀ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਬਾਹਰ ਨਿਕਲ ਕੇ ਤੇ ਗ੍ਰਿਫਤਾਰੀਆਂ ਦਿੱਤੀ ਜੀ ਰੋਜ਼ 19 ਮਹੀਨੇ ਚੱਲੇ। ਹੁਣ ਇਹਦੇ 'ਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ, ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਬੁਲਾਇਆ, ਅਕਾਲੀ ਲੀਡਰ ਨੂੰ ਬੁਲਾ ਕੇ ਕਿਹਾ ਵੀ ਤੁਸੀਂ ਤਾਂ ਮੇਰਾ ਟਾਰਗੇਟ ਹੀ ਨਹੀਂ ਹੋ, ਮੇਰਾ ਤਾਂ ਟਾਰਗੇਟ ਉਹ ਜਨਸੰਘ ਜਾਂ ਦੂਜੇ ਜਿਹੜੇ ਉਦੋਂ JP ਸੀਗੇ ਉਹ ਲੋਕ ਨੇ, ਤੁਸੀਂ ਤਾਂ ਮੇਰਾ ਟਾਰਗੇਟ ਹੀ ਨਹੀਂ, ਤੁਸੀਂ ਐਵੇਂ ਆਪਣੇ ਅੱਗੇ ਲੱਗੇ ਫਿਰਦੇ ਹੋ। ਜਦੋਂ ਮੀਟਿੰਗ ਹੋਈ ਤਾਂ ਇੰਦਰਾ ਗਾਂਧੀ ਨੇ ਕਿਹਾ ਕਿ ਦੱਸੋ ਤੁਹਾਡੇ ਕੀ ਕੀ ਮੁੱਦੇ ਆ, ਮੈਂ ਤੁਹਾਡੇ ਮੁੱਦੇ ਨੂੰ ਸੋਲਵ ਕਰਨ ਲਈ ਤਿਆਰ ਹਾਂ। ਮਤਲਬ ਕਿ ਉਹਨਾਂ ਦਿਨਾਂ 'ਚ ਚੰਡੀਗੜ੍ਹ ਦਾ ਮੁੱਦਾ ਸੀ, ਅਤੇ ਜਿਹੜਾ ਇਹ ਮੁੱਦਾ ਸੀ ਪੰਜਾਬੀ ਸਪੀਕਿੰਗ ਏਰੀਆ ਦਾ ਮੁੱਦਾ ਸੀ, ਅਤੇ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਮਾਂਡ ਸੀਗੀਆਂ, ਅਤੇ ਪਾਣੀਆਂ ਦਾ ਮੁੱਦਾ ਉਦੋਂ ਤੱਕ ਨਹੀਂ ਸੀਗਾ। ਇਹ ਮੀਟਿੰਗ ਜਥੇਦਾਰ ਸੰਤੋਖ ਸਿੰਘ ਨੇ ਅਕਾਲੀ ਲੀਡਰਾਂ ਦੀ ਇੰਦਰਾ ਗਾਂਧੀ ਦੇ ਨਾਲ ਕਰਾਈ। ਤੇ ਉਹ ਮੀਟਿੰਗ ਦੇ ਵਿੱਚ ਰਤਨ ਸਿੰਘ ਚੌੜਾ ਆਏ, ਬਾਕੀ ਹੋਰ ਅਕਾਲੀ ਲੀਡਰ ਆਏ। ਉਸ ਮੀਟਿੰਗ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਨਹੀਂ ਬੁਲਾਇਆ ਗਿਆ, ਤੇ ਇਹ ਜੋ ਆਮ ਤੌਰ ਤੇ ਕਿਹਾ ਜਾਂਦਾ ਇੰਦਰਾ ਗਾਂਧੀ ਨੇ ਇਹਨਾਂ ਨੂੰ ਕਿਹਾ, ਉਹਨਾਂ ਕਿਹਾ ਜੀ ਅਸੀਂ ਆਪਣੀ ਮੀਟਿੰਗ ਕਰਦੇ ਹਾਂ, ਮੀਟਿੰਗ ਕਰਕੇ ਤੇ ਅਸੀਂ ਤੁਹਾਨੂੰ ਆ ਕੇ ਦੱਸਦੇ ਹਾਂ। ਉਹਨੇ ਕਿਹਾ ਤੁਸੀਂ ਜੋ ਤੁਸੀਂ ਕਹਿੰਦੇ ਮੈਂ ਦੇਣ ਨੂੰ ਤਿਆਰ ਹਾਂ, ਤੁਸੀਂ ਆਪਣੀ ਜੋ ਇਹ ਮੋਰਚਾ ਇਹਨੂੰ ਵਾਪਸ ਲੈ। ਕਹਿੰਦੇ ਜਦੋਂ ਅੰਮ੍ਰਿਤਸਰ ਜਾ ਕੇ ਮੀਟਿੰਗ ਹੋਈ ਤਾਂ ਉਦੋਂ ਇਹ ਪ੍ਰਕਾਸ਼ ਸਿੰਘ ਬਾਦਲ ਨੇ ਜ਼ੋਰ ਸ਼ੋਰਾਂ ਨਾਲ ਕਿਹਾ ਨਾ ਜੀ ਬਿਲਕੁਲ ਸਾਨੂੰ ਵਾਪਸ ਲੈਣਾ ਚਾਹੀਦਾ, ਜਥੇ ਲੌਂਗੋਵਾਲ ਨੂੰ ਸੰਤ ਲੌਂਗੋਵਾਲ ਨੂੰ ਇਹਨਾਂ ਨੇ ਮਨਾ ਲਿਆ ਕਿ ਨਹੀਂ ਇਹਨੂੰ ਵਾਪਸ ਨਹੀਂ ਲੈਣਾ, ਤੇ ਇਹਨਾਂ ਨੇ ਇੰਦਰਾ ਗਾਂਧੀ ਦੀ ਆਫਰ ਠੁਕਰਾਤੀ ਤੇ ਉਹ ਆਪਣੇ ਮੋਰਚਾ ਨੂੰ ਵਾਪਸ ਲੈਣੋ ਮਨਾ ਕਰਤਾ। ਉਹਦਾ ਨਤੀਜਾ ਕੀ ਹੋਇਆ, 1976 ਵਿੱਚ ਉਦੋਂ ਥੋੜ੍ਹੀ ਦੇਰ ਬਾਅਦ 1976 ਵਿੱਚ ਇੰਦਰਾ ਗਾਂਧੀ ਨੇ ਪਾਣੀਆਂ ਦਾ ਆਰਡਰ ਦਿੱਤਾ, ਪੰਜਾਬ ਦੇ ਪਾਣੀ ਰਾਜਸਥਾਨ ਦਾ ਪਹਿਲਾਂ ਜਾਂਦਾ ਸੀ, ਹੋਰ ਰਾਜ ਪਹਿਲਾਂ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਸੀ ਰਾਜਸਥਾਨ ਜਿਹੜਾ ਰੋਇਲਟੀ ਦੇਗਾ ਪੰਜਾਬ ਨੂੰ, ਜਿਹੜਾ ਪੁਰਾਣਾ ਐਗਰੀਮੈਂਟ ਸੀ ਉਦੋਂ ਗੰਗਾਨਗਰ ਦੇ ਰਾਜੇ ਨਾਲ ਉਹਦੇ ਚ ਵੀ ਸੀਗਾ, 1955 ਦਾ ਐਗਰੀਮੈਂਟ ਸੀ ਉਹਦੇ ਵਿੱਚ ਵੀ ਸੀਗਾ। ਇਹਦੇ ਵਿੱਚ ਉਹਨੇ ਬਿਨਾਂ ਰੋਇਲਟੀ ਬਿਨਾਂ ਕਿਸੇ ਰਾਜਸਥਾਨ ਨੂੰ ਪਾਣੀ ਦਿੱਤਾ, ਹਰਿਆਣਾ ਨੂੰ ਪਾਣੀ ਦਿੱਤਾ,
ਸਭ ਤੋਂ ਵੱਡੀ ਮਾਰ ਮਾਰੀ ਉਹਨੇ 1976 ਜਦੋਂ ਕਿ ਪ੍ਰਾਈਮ ਮਿਨਿਸਟਰ ਦਾ ਕੋਈ ਰਾਈਟ ਹੀ ਨਹੀਂ ਬਣਦਾ, ਉਹਨੇ ਪ੍ਰਾਈਮ ਮਿਨਿਸਟਰ ਕੇ ਚੱਕੇ ਆਰਡਰ ਦਿੱਤਾ ਤੇ ਪੰਜਾਬ ਨੂੰ ਇਹ ਮਾਰ ਮਾਰੀ। ਤੇ ਉੱਥੋਂ ਨਾ ਉਹਦੇ ਦਿਮਾਗ ਵਿੱਚ ਉਹ ਬੜੀ ਖੁੰਦਕੀ ਔਰਤ ਸੀ, ਬਹੁਤ ਖੁੰਦਕੀ ਔਰਤ ਸੀ, ਉਹਦੇ ਦਿਮਾਗ ਦੇ ਵਿੱਚ ਇਹ ਰੜਕਦਾ ਸੀ ਕਿ ਇਹ ਜਗ੍ਹਾ ਜਿਹੜੀ ਹੈ ਇਹ ਜਗ੍ਹਾ ਅਕਾਲ ਤਖ਼ਤ ਸਾਹਿਬ ਦਿਮਾਗ ਵਿੱਚ ਰੜਕਦਾ ਸੀ। ਬਲਕਿ ਤੁਸੀਂ ਹੁਣ ਇੱਕ ਗੱਲ ਦੇਖੋ, ਜੇ ਆਪਾਂ ਆਪਰੇਸ਼ਨ ਜੇ ਆਪਰੇਸ਼ਨ ਬਲੂ ਸਟਾਰ ਤੇ ਆਈਏ, ਦਰਬਾਰ ਸਾਹਿਬ ਤੇ ਹਮਲੇ ਤੇ ਆਈਏ, ਬਲਕਿ ਦੁਨੀਆਂ 'ਚ ਤੁਸੀਂ ਸਟੱਡੀ ਕਰ ਲਓ, ਜਿੱਥੇ ਵੀ ਕਿਤੇ ਆਪਣੇ ਦੇਸ਼ ਦੇ ਸਿਵਲੀਅਨ ਦੇ ਉੱਤੇ ਕਿਸੇ ਨੇ ਹਮਲਾ ਕੀਤਾ, ਹਮੇਸ਼ਾ ਇਹ ਹੁੰਦਾ ਕਿ ਸਭ ਤੋਂ ਘੱਟ ਨੁਕਸਾਨ ਹੋਵੇ। ਪਰ ਇੱਥੇ ਗੁਰਪੁਰਬ ਵਾਲੇ ਦਿਨ ਹਮਲਾ ਕੀਤਾ, ਗੁਰਪੁਰਬ ਵਾਲੇ ਦਿਨ ਹਮਲਾ ਕੀਤਾ ਤੇ ਜੋ ਜੋ ਇੱਥੇ ਹਾਲਤ ਕੀਤੀ ਜਿਵੇਂ ਕੀਤਾ ਤੇ ਉਹ ਬਲਕਿ ਉਹ ਹੁਣ ਉਹਦੇ ਕਹਿਣ ਦੀ ਮੈਨੂੰ ਉਸ ਇਸ਼ੂ ਤੇ ਅੱਜ ਉਹ ਮੁੱਦਾ ਨਹੀਂ ਹੈ। ਅੱਛਾ, ਫਿਰ ਇਹ ਕਿਹਾ ਜਾਂਦਾ ਕਿ ਜੀ ਇੰਦਰਾ ਗਾਂਧੀ ਤਾਂ ਮਰਜ਼ੀ ਸੀ 1984 ਤਾਂ ਇੰਦਰਾ ਗਾਂਧੀ ਨੇ ਕਿਵੇਂ ਕਰਵਾਤਾ। ਅੱਛਾ, ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ। ਜਦੋਂ ਇਹ ਆਪਰੇਸ਼ਨ ਬਲੂ ਸਟਾਰ ਜਿਹੜਾ ਸੀ ਇਹ ਪਹਿਲਾਂ ਹੋਣਾ ਸੀ, ਇਹ ਕਹਿੰਦੇ ਅਪ੍ਰੈਲ ਦੇ ਵਿੱਚ ਕਿਤੇ ਸੀਗਾ, ਪਰ ਇੰਦਰਾ ਗਾਂਧੀ ਹਾਂ ਹਾਂ ਤੇ ਇੰਦਰਾ ਗਾਂਧੀ ਨੂੰ ਕਹਿੰਦੇ ਆ ਕੇ ਕਿਸੇ ਨੇ ਕਿਹਾ ਪੰਜਾਬ ਤਾਂ ਤੂੰ ਫੌਜ ਲਗਾ ਦੇਂਗੀ, ਪੰਜਾਬ ਤਾਂ ਤੂੰ ਕਰ ਲੇਂਗੀ, ਪਰ ਜੇਕਰ ਦਿੱਲੀ ਦੇ ਵਿੱਚ ਜੇ ਸਿੱਖ ਉੱਠ ਗਏ ਤਾਂ ਦਿੱਲੀ ਦੇ ਸਿੱਖਾਂ ਨੂੰ ਕੀ ਕਰੇਗੀ। ਆਪਰੇਸ਼ਨ ਬਲੂ ਸਟਾਰ ਕਹਿੰਦੇ ਪੋਸਟਪੋਨ ਕੀਤਾ, ਪੋਸਟਪੋਨ ਕਰਕੇ ਇਹ ਪਲਾਨ ਬਣਾਈ ਗਈ। ਇਸ ਪਲਾਨ ਦਾ ਨਾਮ, ਬਲਕਿ ਇਹ ਚੀਜ਼ ਔਥੈਂਟਿਕ ਨਹੀਂ ਹੈ ਪਰ ਕਾਫੀ ਹੱਦ ਤੱਕ ਜੋ ਸਾਨੂੰ ਖਬਰ ਮਿਲੀ ਆ, ਇਸ ਪਲਾਨ ਦਾ ਨਾਮ ਆਪਰੇਸ਼ਨ ਸ਼ਾਂਤੀ ਰੱਖਿਆ ਗਿਆ। ਉਹਦੇ 'ਚ ਇਹ ਰੱਖਿਆ ਗਿਆ ਕਿ ਦਿੱਲੀ ਦੇ ਸਿੱਖਾਂ ਨੂੰ ਬਲਕਿ ਸਾਰੇ ਇੰਡੀਆ ਦੇ ਸਿੱਖਾਂ ਨੂੰ ਸਬਕ ਸਿਖਾਉਣਾ, ਸਬਕ ਸਿਖਾਉਣਾ ਜਿਹੜਾ ਆਪਣੇ ਆਪ ਨੂੰ ਸਮਝਦੇ ਆ। ਤੇ ਇਹ ਪਲਾਨ ਬਣੀ, ਇਹ ਪੂਰੀ ਦੀ ਪੂਰੀ ਪਲਾਨ ਬਣੀ। ਉਸੇ ਟਾਈਮ ਤੁਸੀਂ ਦੇਖੋ ਇਹਦੇ 'ਚ ਇੱਕ ਬੜਾ ਇਨਫਲੇਮੇਬਲ ਪਾਊਡਰ, ਬਲਕਿ ਇੱਕ ਇਹੋ ਜਿਹਾ ਪਾਊਡਰ ਵਰਤਿਆ ਗਿਆ ਕਿ ਉਹ ਜਦੋਂ ਆ ਕੇ ਪਾਊਡਰ ਨੂੰ ਇੱਥੇ ਸੁੱਟ ਦਿਓ ਨਾ, ਤੁਹਾਡੇ ਟੇਬਲ 'ਤੇ ਸੁੱਟ ਦਿਓ, ਤਾਂ ਉਹਨੂੰ ਉਹ ਅੱਗ ਲੱਗ ਜਾਂਦੀ ਸੀ। ਜਦੋਂ ਉਹ ਐਕਸਪੋਜ਼ ਹੁੰਦਾ ਏਅਰ ਨੂੰ, ਆਕਸੀਜਨ ਨੂੰ, ਉਹਨੂੰ ਅੱਗ ਲੱਗ ਜਾਂਦੀ ਹੈ। ਔਰ ਇਹ ਸਿਰਫ ਐਕਸਪਰਟ ਬੰਦਾ ਇਹਨੂੰ ਯੂਜ਼ ਕਰ ਸਕਦਾ, ਜੇ ਆਮ ਬਨਾੜੀ ਬੰਦਾ ਤੁਹਾਡੇ ਮੇਰੇ ਵਰਗਾ ਤਾਂ ਆਪਣਾ ਹੱਥ ਚਲਾ ਲੂ। ਬਲਕਿ ਉਹ ਪਾਊਡਰ ਲਿਆ ਕੇ ਰੱਖਿਆ ਗਿਆ, ਇਹ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਉਦੋਂ ਹੀ ਰੱਖੀਆਂ ਗਈਆਂ, ਉਸੇ ਟਾਈਮ ਰੱਖੀਆਂ ਗਈਆਂ, ਇਹ ਸਾਰਾ ਇੰਤਜ਼ਾਮ ਕਰਕੇ ਸਾਰੀ ਪਲਾਨ ਬਣ ਕੇ ਉਦੋਂ ਰੱਖੀ ਸੀ ਕਿ ਜੇ ਇਹ ਦਰਬਾਰ ਸਾਹਿਬ ਦੇ ਹਮਲੇ ਤੇ ਦਿੱਲੀ ਦੇ ਸਿੱਖ ਉੱਠੇ ਤਾਂ ਆ ਕਰਨਾ ਜੀ ਜੀ ਪੂਰੀ। ਪਰ ਉਹੀ ਇਹਨਾਂ ਨੇ ਫਿਰ ਅਰੁਣ ਨਹਿਰੂ ਨੇ, ਉਦੋਂ PM ਆਫਿਸ ਦੇ ਵਿੱਚ ਅਰੁਣ ਨਹਿਰੂ ਬੈਠਾ ਸੀ ਜੀ, ਸਾਰਾ ਕਰਤਾ ਧਰਤਾ ਰਾਜੀਵ ਗਾਂਧੀ ਦਾ ਅਰੁਣ ਨਹਿਰੂ ਸੀ ਜੀ ਜੀ, ਇਹ ਰਾਜੀਵ ਗਾਂਧੀ ਤੇ ਅਰੁਣ ਨਹਿਰੂ ਨੇ ਉਹੀ ਪਲਾਨ ਨੂੰ ਐਗਜ਼ੀਕਿਊਟ ਕੀਤਾ 1 ਨਵੰਬਰ ਤੋਂ ਜੀ। ਫੁਲਕਾ ਸਾਹਿਬ ਤੁਸੀਂ ਇਲੈਬਰੇਟ ਬਹੁਤ ਸੋਹਣਾ ਕਰ ਰਹੇ, ਖਾਸ ਕਰਕੇ ਤੁਸੀਂ ਜਦੋਂ ਆਪਾਂ ਚਲੇ ਜਾਂਦੇ ਐਮਰਜੈਂਸੀ ਦੇ ਦਿਨਾਂ ਤੋਂ, ਹੁਣ ਆਪਾਂ ਆ ਗਏ ਨਵੰਬਰ 1984 ਚ ਤੋਂ ਦਿੱਲੀ 'ਚ, ਜਾਂ ਹੋਰ ਕੀ ਵਾਪਰਿਆ ਉਹ ਆਪਾਂ ਡਿਸਕਸ ਕਰਦੇ ਹਾਂ ਕਿ ਤੁਸੀਂ ਉਸ 'ਚੋਂ ਕਿੱਦਾਂ ਉੱਭਰ ਕੇ ਆਏ ਅਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਕੇਸ ਲੜੇ ਕਿੰਨੀਆਂ ਕਠਿਨਾਈਆਂ ਅਤੇ ਕਿੰਨਾ ਤੁਹਾਡੇ 'ਤੇ ਪ੍ਰੈਸ਼ਰ ਹੋਊਗਾ ਉਹ ਸਾਰੀ ਗੱਲ ਕਰਦੇ ਹਾਂ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਜਿਸ ਕੋਲ ਸਾਡੇ ਨਾਲ ਬਣੇ ਹੋਏ ਨੇ HS ਫੁਲਕਾ ਸਾਹਿਬ, ਬਹੁਤ ਸੋਹਣਾ ਇਲੈਬਰੇਟ ਕਰ ਰਹੇ ਜੋ 1984 'ਚ ਵਾਪਰਿਆ। ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫਿਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਆਪਣੇ ਨਾਲ ਬਣੇ ਹੋਏ ਨੇ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਇੰਡੀਆ HS ਫੁਲਕਾ ਸਾਹਿਬ। ਫੁਲਕਾ ਸਾਹਿਬ ਤੁਸੀਂ ਪਿਛੋਕੜ ਬਹੁਤ ਸੋਹਣਾ ਵਧੀਆ ਦੱਸਿਆ ਕਿ ਨਹੀਂ ਹੋਇਆ, ਉਦੋਂ ਬਾਅਦ ਉਹ ਜਿਹੜਾ ਸਭ ਕੁਛ ਹੋ ਜਾਂਦਾ ਹੈ, 2-3 ਦਿਨ ਸ਼ਰੇਆਮ ਜਿਹੜਾ ਹੈ ਉਹ ਕਤਲੇਆਮ ਚੱਲਦਾ ਰਹਿੰਦਾ ਆ। ਉਸ ਤੋਂ ਬਾਅਦ ਦੇਖੋ ਬੱਚੀਆਂ ਨਾਲ ਰੇਪ ਵੀ ਹੁੰਦਾ ਆ, ਸਿੱਖ ਆਲਵੇਜ਼ ਖੜ੍ਹੇ ਹੋਏ ਆ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਨੂੰ, ਪਰ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਰੇਪ ਵੀ ਹੁੰਦੇ ਆ, ਕਤਲੇਆਮ ਘਰੋਂ ਕੱਢ ਕੱਢ ਕੇ ਮਾਰੇ ਵੀ ਜਾਂਦੇ। ਆਪਾਂ ਉਹਨਾਂ ਚੀਜ਼ਾਂ ਨੂੰ ਵਾਰ ਵਾਰ ਆਪਾਂ ਜਿੰਨਾ ਮਰਜ਼ੀ ਕਹੀਏ, ਪਰ ਮੈਨੂੰ ਦੱਸੋ ਕਿ ਉਹ ਬਹੁਤ ਡਰ ਦਾ ਮਾਹੌਲ ਸੀ, ਕਿਹੜੀ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਉਸ ਵੇਲੇ ਦਿੱਲੀ ਸੀ, ਪੰਜਾਬ ਆਏ, ਵਾਪਸ ਜਾ ਕੇ ਤੁਸੀਂ ਫਿਰ ਕੇਸ ਸਟਾਰਟ ਕੀਤੇ, ਕਿਹੜੀ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਅਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਬੰਦੇ ਸੀ, ਕਿਹੜੀਆਂ ਕਿਹੜੀਆਂ ਸੰਸਥਾਵਾਂ ਸੀ ਜਿਹੜੀਆਂ ਤੁਹਾਡੇ ਨਾਲ ਆਈਆਂ? ਦੇਖੋ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਮੈਂ ਪਲਾਨ ਬਣਾ ਲਿਆ ਸੀ ਪੰਜਾਬ ਵਾਪਸ ਜਾਣ ਦਾ, ਮੇਰੇ ਸਾਲ ਤੋਂ ਮੇਰੇ ਵਿਆਹ ਹੋਏ ਨੂੰ, ਮੇਰੇ ਵਾਈਫ ਪਹਿਲਾਂ ਉੱਥੇ ਲੁਧਿਆਣਾ ਯੂਨੀਵਰਸਿਟੀ 'ਚ ਪੜ੍ਹਾਉਂਦੇ ਸੀ ਜੀ,
ਤੇ ਅਸੀਂ ਸਮਾਨ ਚੁੱਕਣ ਵਾਸਤੇ ਦਿੱਲੀ ਵਾਪਸ ਆਏ, ਪੰਜਾਬ ਚਲੇ ਗਏ ਸੀ ਜੀ। ਇਹ ਮੇਰਾ ਖਿਆਲ ਹੈ 20-21 ਨਵੰਬਰ ਦੀ ਗੱਲ ਆ। ਤੇ ਜਦੋਂ ਮੈਂ ਕੋਰਟ ਆਇਆ ਤੇ ਕਿਹਾ ਜੀ ਇੱਥੇ ਰਿਲੀਫ ਕੈਂਪਾਂ ਦੇ ਵਿੱਚ ਵਕੀਲਾਂ ਦੀ ਲੋੜ ਆ, ਮੈਂ ਕਿਹਾ ਮੈਨੂੰ ਦੱਸੋ ਕਿੱਥੇ ਜਾਣਾ। ਤੇ ਮੈਂ ਉੱਥੇ ਰਿਲੀਫ ਕੈਂਪ, ਸਾਡੇ ਇੱਥੇ ਸੀਨੀਅਰ ਐਡਵੋਕੇਟ ਹੁੰਦੇ ਸੀ ਹਰਦੀਪ ਸਿੰਘ, ਉਹਨਾਂ ਨੇ ਮੈਨੂੰ ਰਿਲੀਫ ਕੈਂਪ ਕਿੱਥੇ ਗਿਆ। ਉਹ ਰਿਲੀਫ ਕੈਂਪ ਫਰਸ਼ ਬਾਜ਼ਾਰ ਰਿਲੀਫ ਕੈਂਪ ਸੀ, ਉੱਥੇ ਤ੍ਰਿਲੋਕਪੁਰੀ ਦੇ ਵਿਕਟਿਮ ਸੀ। ਉਹ ਤ੍ਰਿਲੋਕਪੁਰੀ ਇੱਕ ਐਸਾ ਇਲਾਕਾ ਜਿੱਥੇ ਕਿ ਇਹ 400 ਸਿੱਖ ਸਿਰਫ ਦੋ ਬਲੋਕਸ ਦੇ ਵਿੱਚ, ਬਲੋਕ 30 ਤੇ 32 ਦੇ ਵਿੱਚ 400 ਸਿੱਖਾਂ ਨੂੰ ਮਾਰਿਆ। ਉੱਥੇ ਕੈਂਪ ਦੇ ਵਿੱਚ ਜਨਾਨੀਆਂ ਅਤੇ ਬੱਚੇ ਸੀਗੇ, ਉਹ ਮੇਨ ਮੈਂਬਰ ਤਾਂ ਕੋਈ ਇੱਕ ਅੱਧਾ ਹੀ ਬਚਿਆ ਵਾ ਸੀ। ਬਹੁਤ ਹੀ ਕੈਂਪ ਦਾ ਬੁਰਾ ਹਾਲ। ਉੱਥੇ ਗਿਆ, ਉੱਥੇ ਕੈਂਪ ਨੂੰ ਸਾਂਭ ਰਹੇ ਸੀ ਇੱਕ ਨਾਗਰਿਕ ਏਕਤਾ ਮੰਚ ਨਾਮ ਦੀ ਸੰਸਥਾ ਬਣੀ ਸੀ, ਜਰਨਲਿਸਟ ਤੇ ਪ੍ਰੋਫੈਸਰ ਬਿਲਕੇ। ਉਹਨਾਂ ਨੇ ਕਿਹਾ ਜੀ ਕਿ ਵਕੀਲਾਂ ਦੀ ਬਹੁਤ ਲੋੜ ਆ ਤੇ ਤੁਸੀਂ ਆਉਂਦੇ ਰਿਹਾ ਕਰੋ, ਅਸੀਂ ਇਹਨਾਂ ਦੇ ਕੰਪਨਸੇਸ਼ਨ ਫਾਰਮ ਭਰਨੇ, ਦੇ ਐਫਪੀਓ ਪੜ੍ਹਨੇ, ਤੇ ਵੀ ਬਹੁਤ ਲੋੜ ਆ, ਇੱਥੇ ਆਉਂਦੇ ਰਿਹਾ ਕਰੋ। ਤੇ ਮੈਂ ਫਿਰ ਆ ਕੇ ਆਪਣੀ ਵਾਈਫ ਨਾਲ ਸਲਾਹ ਕੀਤੀ, ਮੈਂ ਕਿਹਾ ਵੀ ਇੱਥੇ ਹੁਣ ਇਹ ਹਾਲ ਆ ਤੇ ਜੇ ਆਪਾਂ ਹੁਣ ਚਲੇ ਗਏ ਨਾ ਤਾਂ ਸ਼ਾਇਦ ਆਪਣੇ ਆਪ ਨੂੰ ਸਾਰੀ ਉਮਰ ਮਾਫ਼ ਨਹੀਂ ਕਰਨਾ ਮਾਫ਼ ਨਹੀਂ ਕਰਨਾ ਜੀ 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 ਮੈਂ ਕਿਹਾ ਵੀ ਆਪਾਂ ਇੱਥੇ ਹੋਰ 6 ਮਹੀਨਿਆਂ ਦਾ ਕੰਮ ਆ, 6 ਮਹੀਨੇ ਚ ਕਿਸ ਨਾ ਕਿਸੇ ਬਰੇ ਲੱਗ ਜਾਣੇ ਆ, ਚਾਰ ਚੌਦਾਂ ਦਾ ਸਾਲ, ਤੇ ਆਪਾਂ 6 ਮਹੀਨੇ ਸਾਲ ਬਾਅਦ ਚਲੇ ਜਾਵਾਂਗੇ। ਇਹ ਸੋਚ ਕੇ ਲੱਗਿਆ ਸੀ। ਦੇਖੋ ਮੈਂ ਤਾਂ 3 ਸਾਲ ਦਾ ਮੇਰਾ ਐਕਸਪੀਰੀਅੰਸ ਸੀ, 28-29 ਸਾਲ ਸਾਡੇ ਮੇਰੀ ਉਮਰ ਸੀ, ਤੇ ਮੈਂ ਕਿੱਡਾ ਕੁ ਰੋਲ ਪਲੇ ਕਰ ਸਕਦਾ ਸੀ। ਮੈਂ ਤਾਂ ਆਪਣੇ ਸੋਚ ਕੇ ਕਿ ਥੋੜ੍ਹੀ ਮੋਟੀ ਤਿਲ ਫੁਲ ਜੋ ਮੈਂ ਵਿੱਚ ਪਾਉਣੀ ਆ ਮੈਂ ਉਹ ਪਾਵਾਂ, ਆਪਣਾ ਹਿੱਸਾ ਜ਼ਰੂਰ ਪਾਵਾਂ, ਇਹ ਸੋਚ ਕੇ ਸ਼ੁਰੂ ਹੋਇਆ ਸੀ। ਤੇ ਉਹ ਮਤਲਬ ਕਿ ਵੈਗਰੂ ਨੇ ਐਸਾ ਕੀਤਾ ਕਿ ਸੈਂਟਰ ਸਟੇਜ ਤੇ ਜਦੋਂ ਇਹ ਮਿਸ਼ਰਾ ਕਮਿਸ਼ਨ ਜਦੋਂ ਅਪੁਆਇੰਟ ਹੋਇਆ ਮਈ 1985 ਵਿੱਚ, ਉਦੋਂ ਮਲਕੇ ਇੱਕ ਨਵੀਂ ਸੰਸਥਾ ਬਣੀ, ਉਹ ਮੇਰਾ ਹੀ ਆਈਡੀਆ ਸੀ ਕਿ ਸਾਰੇ ਇਕੱਠੇ ਹੋਵੋ, ਸਾਰੇ ਹਿਊਮਨ ਰਾਈਟ ਗਰੁੱਪ ਇਕੱਠੇ ਹੋਵੋ, ਇੱਕ ਨਵੀਂ ਸੰਸਥਾ ਬਣੀ, ਉਹਦੇ ਪ੍ਰੈਜੀਡੈਂਟ ਬਣੇ ਜਸਟਿਸ ਸਿਕਰੀ, ਸ਼ਿਵਾ ਮਿੱਤਰ ਸਿਕਰੀ ਚੀਫ ਜਸਟਿਸ ਹੁੰਦੇ ਸੀ, ਉਹ ਸੁਪਰੀਮ ਕੋਰਟ ਦੇ ਨਾਲ ਜਸਟਿਸ ਤਾਰਕੁੰਡੇ, ਸੋਲੀ ਸਰਾਫ ਜੀ ਅਟਾਰਨੀ ਜਨਰਲ, ਜਿਹਨਾਂ ਦੀ ਹੁਣੇ ਡੈਥ ਹੋਈ ਆ, ਤੇ ਮਲਕਿ ਇਹੋ ਜਿਹੇ ਲੋਕ ਸਾਰੇ ਸੀਗੇ, ਨਾਲ PUCL PUDR ਦੇ ਪ੍ਰੈਜੀਡੈਂਟ ਤੇ ਉਹ ਜਨਰਲ ਅਰੋੜਾ ਤੇ ਇਹ ਸਾਰੇ, ਤੇ ਉਹ ਮੇਰਾ ਕੰਮ ਉਹਨਾਂ ਦੇਖ ਕੇ, ਕਿਉਂਕਿ ਮੇਰਾ ਆਈਡੀਆ ਸੀ, ਮੈਂ ਹੀ ਇਹ ਸ਼ੁਰੂ ਕਰਾਇਆ ਸੀ, ਤੇ ਉਹਨਾਂ ਨੇ ਮੈਨੂੰ ਇਹਦਾ ਸੈਕਟਰੀ ਬਣਾਇਆ। ਤੇ ਉਦੋਂ ਫਿਰ ਇਹ ਸਾਰਾ ਕੰਮ ਮੇਰੇ 'ਤੇ ਹੀ ਆ ਗਿਆ, ਮੈਂ ਸੈਂਟਰ ਸਟੇਜ 'ਚ ਆ ਗਿਆ। ਚਲੋ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਵੈਗਰੂ ਨੇ ਮੈਨੂੰ ਇਹ ਮੌਕਾ ਦਿੱਤਾ ਜੀ, ਤੇ ਉਹ ਮੈਂ ਹਮੇਸ਼ਾ ਇਹਨੂੰ ਇਹ ਕਿ ਵੈਗਰੂ ਵੱਲੋਂ ਮੇਰੀ ਡਿਊਟੀ ਲੱਗੀ ਆ, ਮੈਂ ਹਮੇਸ਼ਾ ਇਹੀਓ ਸੋਚ ਕੇ ਇਸੇ ਤਰ੍ਹਾਂ ਮੈਂ ਕੰਮ ਕੀਤਾ, ਥਰੂ ਆਊਟ ਇਸੇ ਤਰ੍ਹਾਂ ਮੈਂ ਕੰਮ ਕੀਤਾ ਕਿ ਮੇਰੀ ਜੋ ਪਰਮਾਤਮਾ ਵੱਲੋਂ ਡਿਊਟੀ ਲੱਗੀ ਆ, ਮੇਰਾ ਇਹ ਤੇ ਲੱਗੀ ਆ, ਮੇਰਾ ਪਹਿਲਾ ਮੁੱਦਾ ਇਹ ਆ, ਬਾਕੀ ਸਾਰੇ ਇਸ਼ੂ ਮੇਰੇ ਨੰਬਰ 2 ਜੀ। ਹੁਣ ਫੂਲਕਾ ਸਾਹਿਬ ਕੁਐਸਚਨ ਇਹ ਖੜਾ ਹੁੰਦਾ ਆ ਕਿ ਕਠਿਨਾਈਆਂ ਕਿੰਨੀਆਂ ਕੁ ਆਈਆਂ ਤੁਹਾਨੂੰ ਜਦੋਂ ਤੁਸੀਂ ਸ਼ੁਰੂਆਤ ਕੀਤੀ? ਪਤਾ ਤਾਂ ਇਹ ਵੀ ਲੱਗਿਆ ਕਿ ਸਰਦਾਰ ਗੁਰਚਾਰ ਸਿੰਘ ਟੋੜਾ ਉਸ ਟਾਈਮ ਦਿੱਲੀ ਸੀ, ਉਹਨਾਂ ਨੇ ਤੁਹਾਨੂੰ ਹੈਲਪ ਕੀਤੀ, ਕਿੱਦਾਂ ਦੀ ਕੀਤੀ, ਕੀ ਹੋਇਆ, ਤੇ ਉਦੋਂ ਬਾਅਦ ਕਠਿਨਾਈਆਂ ਕਿੱਦਾਂ ਪੇਸ਼ ਆਈਆਂ ਥਰੂ ਆਊਟ ਦ ਕੇਸਿਸ? ਦੇਖੋ ਇਹ ਜਿਹੜੀ ਇਹ ਪਲਾਨ ਬਣੀ ਨਾ, ਇਹ ਪਲਾਨ ਇਹ ਬਣੀ ਮਤਲਬ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਨਾ ਇਹ ਕੌਮ ਨੂੰ ਇਹ ਸਿੱਖਣ ਦੀ ਲੋੜ ਆ, ਨਾ ਕਿ ਇਕੱਲੀ ਸਿੱਖ ਕੌਮ ਨੂੰ, ਹਰ ਮਨੋਰਟੀ ਨੂੰ ਇਹ ਚੀਜ਼ ਸਿੱਖਣ ਦੀ ਲੋੜ ਆ ਜੀ ਜੀ ਜੀ। ਇਹ ਜੋ ਸਟ੍ਰੈਟਜੀ ਬਣੀ ਔਰ ਇਹ ਜਦੋਂ ਮਤਲਬ ਕਿ ਮੇਰਾ ਜੋ ਇਰਾਦਾ ਸੀਗਾ, ਓਰੀਜਨਲ ਪਲਾਨ ਸੀ ਕਿ ਸਾਰੇ ਇਕੱਠੇ ਹੋ ਜਾਓ ਵਿੱਚ, ਅਕਾਲੀ ਦਲ, ਗੁਰਦੁਆਰਾ ਕਮੇਟੀ, ਸਾਰੀਆਂ ਸੰਸਥਾਵਾਂ ਇਕੱਠੀਆਂ ਹੋਣ ਤੇ ਇਕੱਠੀਆਂ ਹੋ ਕੇ ਅਸੀਂ ਬਣਾਈ। ਇਹ ਹਿਊਮਨ ਰਾਈਟ ਗਰੁੱਪਸ ਦਾ ਜੋ ਗਰੁੱਪ ਇਕੱਠਾ ਹੋਇਆ ਸੀ, ਇਹਦਾ ਨਾਮ ਰੱਖਿਆ ਸਿਟੀਜਨ ਜਸਟਿਸ ਕਮੇਟੀ। ਇਸੇ ਮੀਟਿੰਗ ਤੇ ਸੋਲੀ ਸਰਾਫ ਜੀ ਨੇ ਕਿਹਾ ਕਿ ਵੀ ਵਿਲ ਨਾਟ ਫਾਈਟ ਇਟ ਐਜ ਅ ਸਿੱਖ ਇਸ਼ੂ, ਦਿਸ ਇਜ਼ ਅ ਹਿਊਮਨ ਰਾਈਟ ਇਸ਼ੂ ਐਂਡ ਇਟਸ ਟੂ ਆਬਜੈਕਟ ਸਿਟੀਜਨਸ ਆਫ ਦਾ ਕੰਟਰੀ ਹੈਵ ਬੀਨ ਮੈਸੈਕਰਡ ਲਾਈਕ ਦਿਸ ਐਂਡ ਦਾ ਲਾਅ ਆਫ ਦਾ ਲੈਂਡ ਹੈਜ਼ ਬੀਨ ਬ੍ਰੋਕਨ, ਵੀ ਵਾਂਟ ਦਾ ਲਾਅ ਆਫ ਦਾ ਲੈਂਡ ਟੂ ਬੀ ਇਨਫੋਰਸਡ ਐਂਡ ਦੋਜ਼ ਟੂ ਬੀ ਪਨਿਸ਼ਡ ਐਜ਼ ਪਰ ਦਾ ਲਾਅ ਆਫ ਦਾ ਲੈਂਡ। ਬਲਕਿ ਇਹ ਜਦੋਂ ਪਲਾਨ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਲੜਾਈ ਹੈ ਸਾਰੀ ਇਹ ਸਿਵਲ ਸੁਸਾਇਟੀ ਇੰਡੀਆ ਦੀ ਲੜੂਗੀ ਤੇ ਇਹ ਅਸੀਂ ਇਕੱਲੇ ਸਿੱਖਾਂ ਦੇ ਨਹੀਂ ਛੱਡਾਂ। ਇਹ ਜਿਹੜੀ ਸਟ੍ਰੈਟਜੀ ਇਹ ਪਲਾਨ ਉਹਨਾਂ ਨੇ ਸੋਲੀ ਸਰਾਫ ਜੀ, ਜਸਟਿਸ ਤਾਰਕੁੰਡੇ ਤੇ ਜਸਟਿਸ ਸਿਕਰੀ ਨੇ ਬਣਾਈ, ਇਹਨੂੰ ਜੋ ਇੰਡੀਆ ਤੇ ਇਸੇ ਕਰਕੇ ਸਾਡਾ ਬਚਾਅ ਹੋ ਗਿਆ। ਹੁਣ ਮੈਂ ਜੋ ਪਿੱਛੇ ਸੋਚਦਾ, ਰਾਜੀਵ ਗਾਂਧੀ ਦੀ ਇੰਨੀ ਤਕੜੀ ਸਰਕਾਰ, ਇੰਨੀ ਤਕੜੀ ਸਰਕਾਰ, 2/3 ਉਹਦੀ ਮਜੋਰਟੀ, ਕੋਈ ਬੋਲਦਾ ਨਹੀਂ ਸੀ, ਇੱਕ ਮਿੰਟ ਚ ਕਿਸੇ ਨੂੰ ਉਗਰਵਾਦੀ ਕਰਕੇ ਪਿੱਛੇ ਅੰਦਰ ਕਰ ਦਿੰਦੇ ਸੀ, ਕੋਈ ਬਲਦੀ ਪੁੱਛਦਾ, ਹੁਣ ਖਾਲੜਾ ਜੀ ਦਾ ਡਿਸਪੈਂਸਰੀ, ਖਾਲੜਾ ਦਾ ਕੀ ਹਾਲ ਹੋਇਆ ਪਤਾ ਹੀ ਚੱਲਿਆ।
ਤੇ ਇਹ ਐਚ ਕੇ ਐਲ ਭਗਤ ਇੰਨਾ ਪਾਵਰਫੁਲ ਉਦੋਂ ਦਿੱਲੀ ਦਾ ਰਾਜਾ ਸੀ ਐਚ ਕੇ ਐਲ ਭਗਤ ਇਹ ਸੱਜਣ ਕੁਮਾਰ ਦੇ ਟਾਈਟਲ ਤੋਂ ਉਹਦੇ ਚੇਲੇ ਸੀ ਜੀ ਜੀ ਉਹਦੇ ਖਿਲਾਫ ਅਸੀਂ ਐਵੀਡੈਂਸ ਇਕੱਠਾ ਕਰੀ ਜਾਂਦੇ ਹਾਂ ਤੇ ਉਹਨੇ ਕਰਨ ਦੇ ਤਾਂ ਇਹਦੀ ਇਹਦਾ ਰੀਜ਼ਨ ਇਹ ਲੋਕ ਸੀ ਇਹ ਲੋਕ ਜਦੋਂ ਪਿੱਛੇ ਸੀ ਇਹ ਮਤਲਬ ਕਿ ਜੋ ਇੰਡੀਆ ਦੀ ਸਿਵਲ ਸੁਸਾਇਟੀ ਦਾ ਹੂਸ ਹੂ ਜੋ ਪਿੱਛੇ ਸੀ ਲੋਕਾਂ ਤੋਂ ਡਰਦੇ ਉਹਨਾਂ ਨੇ ਇਹ ਜੋ ਐਕਸ਼ਨ ਨਹੀਂ ਲਿਆ ਜਾਂ ਮੈਂ ਜੋ ਬਚ ਗਿਆ ਜਾਂ ਬਾਕੀ ਸਾਡੇ ਗਵਾਹ ਬਚ ਗਏ ਇਹਨਾਂ ਦੇ ਕਰਕੇ ਬਚੇ ਤੇ ਉਹ ਜੋ ਸਟ੍ਰੈਟਜੀ ਫਾਲੋ ਕੀਤੀ ਤਾਂ ਸੋਲੀ ਸਰਾਬ ਜੀ ਨੇ ਕਿਹਾ ਕਿ ਸਾਡਾ ਜਿਹੜਾ ਦਫ਼ਤਰ ਹੋਏਗਾ ਉਹ ਗੁਰਦੁਆਰਾ ਦੇ ਵਿੱਚ ਨਹੀਂ ਹੋਏਗਾ ਜੀ ਇਹ ਇੰਪ੍ਰੈਸ਼ਨ ਨਹੀਂ ਦੇਣਾ ਚਾਹੁੰਦੇ ਕਿ ਇਹ ਜਿਹੜਾ ਮੁੱਦਾ ਇਹ ਬਲਕਿ ਇਹ ਇਕੱਲੇ ਸਿੱਖ ਲੜ ਰਹੇ ਆ ਤੇ ਉਹ ਅਸੀਂ ਇਹ ਤਾਂ ਕਹਿਣਾ ਕਿ ਇਹ ਜੋ ਇਹ ਹੋਇਆ ਇਹ ਸਿਵਲ ਸੁਸਾਇਟੀ ਇੰਡੀਆ ਦੀ ਲੜ ਰਹੀ ਆ ਤੇ ਉਹਦੇ ਨਾਲ ਅਥੈਂਟਿਸਿਟੀ ਵੱਧ ਜਾਂਦੀ ਆ ਰਾਈਟ ਤੇ ਉਦੋਂ ਫਿਰ ਗੁਰਚਰਨ ਸਿੰਘ ਚੌੜਾ ਨੇ ਕਿਹਾ ਕਿ ਤੁਸੀਂ ਮੇਰਾ ਫਲੈਟ ਲੈ ਲਓ ਇਹ ਉਹਦਾ ਐਮਪੀ ਸੀ ਜੀ ਜੀ 49 ਨਾਰਥ ਐਵਨਿਊ ਇਹਨਾਂ ਦਾ ਘਰ ਸੀਗਾ ਤੇ ਉੱਥੇ ਫਿਰ ਅਸੀਂ ਦਫ਼ਤਰ ਖੋਲਿਆ ਚੌੜਾ ਸਾਹਿਬ ਉੱਥੇ ਆਉਂਦੇ ਵੀ ਰਹੇ ਉਹ ਉਦੋਂ ਵੀ ਤੇ ਉਸ ਤੋਂ ਬਾਅਦ ਵੀ ਜਦੋਂ ਵੀ ਮੈਨੂੰ ਤਾਂ ਮੈਨੂੰ ਮਿਲਣਾ ਕਿਤੇ ਵੀ ਮਿਲਣਾ ਉਹਨਾਂ ਨੇ ਉਹਦੇ ਹੀ ਪੁੱਛਣਾ ਕਿ ਦੱਸੋ ਕਿਵੇਂ ਚੱਲ ਰਿਹਾ ਕੇਸ ਕੀ ਹੋ ਰਿਹਾ ਕਿਸ ਤਰ੍ਹਾਂ ਹੋ ਗਿਆ ਬਲਕਿ ਇੰਨਾ ਹੀ ਹੌਸਲਾ ਬੜਾ ਹੁੰਦਾ ਐਡਾ ਵੱਡਾ ਲੀਡਰ ਹੋ ਇੰਨੀ ਗੱਲ ਹੀ ਪੁੱਛ ਰਹੇ ਕਿ ਪਿੱਛੇ ਨਾ ਹਟਿਓ ਝੱਲੇ ਨਾ ਪਿਓ ਅੱਛਾ ਇੱਕ ਵਾਰ ਤੁਹਾਨੂੰ ਹੋਰ ਗੱਲ ਦੱਸਦਾ ਇੱਕ ਚੌੜਾ ਸਾਹਿਬ ਨੇ ਮੈਨੂੰ ਇੱਕ ਹੋਰ ਐਸੀ ਗੱਲ ਬਲਕਿ ਸਲਾਹ ਦਿੱਤੀ ਉਹ ਐਡਵਾਈਸ ਉਹਨਾਂ ਦੀ ਮੈਂ ਲੜ ਬਣਨੀ ਤੇ ਉਦੋਂ ਤੋਂ ਮੈਂ ਉਸ ਦੇ ਉੱਤੇ ਕੰਮ ਕਰ ਰਿਹਾ ਜੀ ਜੀ ਇਹ ਗੱਲ ਆ ਜੋ ਨਾਨਾਵਤੀ ਕਮਿਸ਼ਨ ਅਪੁਆਇੰਟ ਹੋਇਆ ਇਹ ਸਨ 2000 ਦੀ ਗੱਲ ਪਿਛਲੀ ਵਾਰੀ ਤਾਂ ਇਹ ਸਿਟੀ ਜਸਟਿਸ ਕਮੇਟੀ ਨੇ ਕੀਤਾ ਉਦੋਂ ਨਾਨਾਵਤੀ ਕਮਿਸ਼ਨ ਦੇ ਵੇਲੇ ਕੀ ਕੀਤਾ ਇਹਨਾਂ ਨੇ ਉਦੋਂ ਬਾਦਲ ਦਲ ਇੱਥੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਇਹਨਾਂ ਦਾ ਬਾਦਲ ਦਲ ਦੇ ਪਾਵਰ ਵਿੱਚ ਸੀ ਤੇ ਚੌੜਾ ਗਰੁੱਪ ਜੋ ਅਲੈਦਾ ਹੋ ਚੁੱਕੇ ਸੀ ਮੇਰੇ ਖਿਆਲ 99 ਚ ਲੈਦਾ ਹੋ ਗਏ ਸੀ ਤੇ ਸਰਨਾ ਚੌੜਾ ਦੇ ਨਾਲ ਸੀ ਤੇ ਇੱਧਰ ਸੀ ਬਾਦਲ ਤੇ ਮੈਨੂੰ ਇਹਨਾਂ ਨੇ ਸਰਨਾ ਨੇ ਕਿਹਾ ਕਿ ਤੁਸੀਂ ਇਹਨਾਂ ਦੇ ਬਾਦਲ ਗਰੁੱਪ ਦੇ ਨਾਲ ਨਹੀਂ ਕਰਨਾ ਤੁਸੀਂ ਆਪਣਾ ਸਾਂਝੇ ਰਹੋ ਤੁਹਾਨੂੰ ਮੈਂ ਦਫ਼ਤਰ ਲੈ ਕੇ ਦਿੰਦਾ ਬਾਹਰ ਤੇ ਤੁਸੀਂ ਉੱਥੇ ਉੱਥੇ ਬੈਠੋ ਤੁਹਾਡੀ ਸਾਰੀ ਕਮੇਟੀ ਉਦੋਂ ਫਿਰ ਅਸੀਂ ਇੱਕ ਆਪਣੀ ਕਮੇਟੀ ਬਣਾਈ ਕਾਰਨੇ ਜਸਟਿਸ ਕਮੇਟੀ ਤੇ ਉਹ ਕੁਲਦੀਪ ਨੇ ਹੋਰ ਦੇ ਪ੍ਰੈਜ਼ੀਡੈਂਟ ਬਣੇ ਜਸਟਿਸ ਸਚਿਨ ਵਗੈਰਾ ਉਸੇ ਤਰ੍ਹਾਂ ਕਰਕੇ ਉਹੀ ਪਲਾਨ ਰੱਖੀ ਤੇ ਤੁਸੀਂ ਤੇ ਜਿਹੜੇ ਵਕੀਲ ਤੁਸੀਂ ਅੱਗੇ ਹਾਇਰ ਕਰ ਰਹੇ ਆ ਚਲੋ ਮੈਂ ਤਾਂ ਫੀਸਾਂ ਨਹੀਂ ਸੀ ਲੈਂਦਾ ਪਰ ਜਿਹੜੇ ਹੋਰਾਂ ਨੂੰ ਜਿਹੜੇ ਜੂਨੀਅਰ ਵਕੀਲਾਂ ਤਾਂ ਦੇਣੀ ਹੋਈ ਸੀ ਨਾ ਸੀਨੀਅਰ ਨਹੀਂ ਸੀ ਲੈਂਦੇ ਤੇ ਉਹਨਾਂ ਅਸੀਂ ਮੈਂ ਖਰਚਾ ਦਊਂਗਾ ਦੱਸੋ ਕਿੰਨਾ ਪਰ ਤੁਸੀਂ ਇੱਥੇ ਨਹੀਂ ਬੈਠ ਤੇ ਮੈਂ ਚੌੜਾ ਸਾਹਿਬ ਮੈਨੂੰ ਟ੍ਰੇਨ ਵਿੱਚ ਮਿਲ ਗਏ ਤੇ ਮੈਂ ਚੌੜਾ ਸਾਹਿਬ ਨੂੰ ਕਿਹਾ ਚੌੜਾ ਸਾਹਿਬ ਬੜੀ ਮੁਸ਼ਕਿਲ ਆ ਰਹੀ ਹੈ ਮੈਂ ਬੜੀ ਦੁਵਿਧਾ 'ਚ ਪਿਆ ਵਾਂ ਕਿ ਗੁਰਦੁਆਰਾ ਕਮੇਟੀ ਤੇ ਉਹਨਾਂ ਦਾ ਕੰਟਰੋਲ ਆ ਸਰਨਾ ਇਹ ਕਹਿ ਰਿਹਾ ਕੀ ਕਰੋ ਮੈਂ ਕੀ ਕਰਾਂ ਉਹ ਕਹਿੰਦੇ ਫੂਲਕਾ ਸਾਹਿਬ ਤੁਸੀਂ ਕੌਮ ਦਾ ਸਾਂਝਾ ਮੁੱਦਾ ਲੜ ਰਹੇ ਹੋ ਬਹੁਤ ਵੱਡਾ ਮੁੱਦਾ ਲੜ ਰਹੇ ਹੋ ਤੁਹਾਡਾ ਸਾਡੀ ਪੋਲਿਟਿਕਸ ਨਾਲ ਸਾਡੇ ਗਰੁੱਪਾਂ ਨਾਲ ਕੋਈ ਤਲਕ ਨਹੀਂ ਕੋਈ ਤਲਕ ਨਹੀਂ ਜੀ 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 ਤੁਸੀਂ ਜੋ ਇੱਕ ਤੁਹਾਡੀ ਸਿੱਖਾਂ ਦੀ ਜੋ ਬਾਡੀ ਆ ਉਹ ਹੈ ਐਸ ਜੀ ਪੀ ਸੀ ਤੇ ਦਿੱਲੀ 'ਚ ਦਿੱਲੀ ਗੁਰਦੁਆਰਾ ਕਮੇਟੀ ਤੁਸੀਂ ਉਹਨਾਂ ਨਾਲ ਡੀਲ ਕਰਨਾ ਉਹਦੇ 'ਚ ਮੈਂ ਬੈਠਾ ਬਾਦਲ ਬੈਠਾ ਸਰਨਾ ਬੈਠਾ ਜਾਂ ਜੋ ਹਿੱਤ ਬੈਠਾ ਕੋਈ ਵੀ ਬੈਠਾ ਤੁਹਾਡੇ ਨਾਲ ਕੋਈ ਮਤਲਬ ਨਹੀਂ ਤੁਸੀਂ ਕਮੇਟੀ ਨਾਲ ਡੀਲ ਕਰ ਜੀ ਜੀ ਮੈਂ ਕਿਹਾ ਪਰ ਸਰਨਾ ਕਰਨੇ ਸਰਨੇ ਨੂੰ ਮੈਂ ਸਮਝਾ ਦੂੰਗਾ ਤੁਸੀਂ ਕਮੇਟੀ ਨਾਲ ਡੀਲ ਕਰੋ ਉਦੋਂ ਬਾਅਦ ਫਿਰ ਉੱਥੇ ਕਿਉਂਕਿ ਹੁਣ ਹਾਲਤ ਬਦਲ ਗਈ ਸੀ ਇਸ ਵਾਰੀ ਫਿਰ ਉਹ ਰਕਾਬਗੰਜ ਦਫ਼ਤਰ ਦੇ ਵਿੱਚ ਆਫਿਸ ਖੁੱਲਿਆ ਤੇ ਫਿਰ ਕਿਹਾ ਮੈਂ ਉਸ ਤੋਂ ਬਾਅਦ ਵੈਸੇ ਤਾਂ ਪਹਿਲਾਂ ਹੀ ਮੈਂ ਕਰਦਾ ਸੀ ਪਰ ਉਸ ਤੋਂ ਬਾਅਦ ਚਾਹੇ ਇੱਥੇ ਦਿੱਲੀ ਕਮੇਟੀ ਦੇ ਵਿੱਚ ਸਰਨਾ ਪਾਵਰ 'ਚ ਆਇਆ ਚਾਹੇ ਮਨਜੀਤ ਬਾਦਲ ਦਲ ਪਾਵਰ 'ਚ ਆਇਆ ਮਨਜੀਤ ਆਇਆ ਜੋ ਵੀ ਆਇਆ ਮੈਂ ਮੇਰੀ ਡੀਲਿੰਗ ਦਿੱਲੀ ਗੁਰਦੁਆਰਾ ਕਮੇਟੀ ਨਾਲ ਰਹੀ ਆ ਕਿਹੜਾ ਗਰੁੱਪ ਪਾਵਰ 'ਚ ਆ ਕਿਹੜਾ ਨਹੀਂ ਉਹਦੇ ਨਾਲ ਬਿਲਕੁਲ ਮੈਂ ਬਲਕਿ ਮੇਰਾ ਕੋਈ ਤਲਕ ਨਹੀਂ ਰਿਹਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇੱਕ ਹੋਰ ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਹਰ ਮਨੋਰਟੀ ਨੂੰ ਇਸ਼ੂ ਬੇਸਡ ਸਟ੍ਰੈਟਜੀ ਬਣਾਉਣੀ ਚਾਹੀਦੀ ਹਰ ਮਨੋਰਟੀ ਨੂੰ ਸਾਨੂੰ ਵੀ ਸਿੱਖਣਾ ਚਾਹੀਦਾ ਔਰ ਇਸ਼ੂ ਬੇਸਡ ਸਟ੍ਰੈਟਜੀ ਦੇ ਵਿੱਚ ਇੱਕ ਮੁੱਦਾ ਜਿਹੜਾ ਉਹ ਮੁੱਦੇ ਦੇ ਉੱਤੇ ਤੁਹਾਨੂੰ ਸਪੋਰਟ ਕਰਦਾ ਉਹ ਤੁਹਾਡਾ ਦੋਸਤ ਆ ਜਿਹੜਾ ਉਸ ਮੁੱਦੇ ਦੇ ਉੱਤੇ ਤੁਹਾਡੇ ਖਿਲਾਫ਼ ਉਹ ਤੁਹਾਡਾ ਦੋਸਤ ਬਲਕਿ ਆਪਾਂ ਕੀ ਕਰਦੇ ਹਾਂ ਆਪਾਂ ਹੁਣ ਕੀ ਕਰਦੇ ਹਾਂ ਕਿ ਜੇ 100 ਮੁੱਦੇ ਆ 100 ਮੁੱਦਿਆਂ ਚੋਂ 90 ਮੁੱਦੇ ਤੇ ਆਪਾਂ ਸਹਿਮਤ ਹਾਂ ਤੇ 10 ਮੁੱਦਿਆਂ ਤੇ ਡਿਫਰੈਂਸ ਆ ਅਸੀਂ ਉਹ ਮੁੱਦੇ ਨਾਲ ਡੀਲ ਕਰਨ ਨੂੰ ਤਿਆਰ ਨਹੀਂ ਕਿਹਾ 10 ਮੁੱਦਿਆਂ ਤੇ ਡਿਫਰੈਂਸ ਆ ਤੁਸੀਂ ਉਹ 90 ਨੂੰ ਪਹੁੰਚਾਉਣੇ ਜਦੋਂ ਕੋਈ ਚਾਹੀਦਾ ਪਹੁੰਚ
ਜੇ 10 ਮੁੱਦਿਆਂ ਤੇ ਵੀ ਕਿਸੇ ਦੀ ਆਪਸ ਚ ਸਾਂਝ ਆ ਉਹ 10ਾਂ ਤੇ ਇਕੱਠੇ ਚੱਲੋ ਇਕੱਠੇ ਚੱਲੋ 90ਾਂ ਤੇ ਆਈਆਂ ਲੜ ਲੋ ਹਾਂ ਤੇ ਇਸੇ ਕਰਕੇ ਮੈਂ ਤੁਹਾਨੂੰ ਦੱਸਦਾ ਮੈਂ ਇਹ ਸਟ੍ਰੈਟਜੀ ਹਮੇਸ਼ਾ ਰੱਖੀ ਚਾਹੇ ਜੇ ਮੈਂ ਪੋਲਿਟਿਕਸ ਜੁਆਇਨ ਕਰ ਲਈ ਚਲੋ ਉਹ ਹੁਣ ਅੱਜ ਅਬ ਮੌਕਾ ਨਹੀਂ ਕਿਉਂਕਿ ਬਾਅਦ ਚ ਮੈਂ ਸੋਚਦਾ ਕਿ ਮੇਰੀ ਮੇਰੀ ਗਲਤੀ ਸੀ ਪੋਲਿਟਿਕਸ ਜੁਆਇਨ ਕਰਨਾ ਉਹ ਨਹੀਂ ਸੀ ਕਰਨਾ ਚਾਹੀਦਾ ਇਹ ਇਹ ਮੇਰੇ 84 ਦੇ ਮੁੱਦੇ ਤੋਂ ਉਲਟਾ ਸਰਕ ਹੋਇਆ ਉਹਦੇ ਨਾਲ ਜੀ ਡੈਫੀਨਿਟਲੀ ਆਪਾਂ ਉਸ ਬਾਰੇ ਇੱਕ ਹੋਰ ਸੈਸ਼ਨ ਰੱਖਾਂਗੇ ਮੈਂ ਨਹੀਂ ਕਰਦਾ ਪਰ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਉਹ ਪਹਿਲਾਂ ਮਨਜੀਤ ਪ੍ਰਧਾਨ ਸੀ ਹੁਣ ਉਸ ਤੋਂ ਬਾਅਦ ਸਰਸਾ ਆ ਗਿਆ ਮੈਂ ਇਹਨਾਂ ਦੇ ਨਾਲ ਰੈਗੂਲਰ ਆਪਣਾ ਇੰਟਰਚ ਰਿਹਾ ਔਰ ਹੁਣ ਵੀ ਇਸ ਟਾਈਮ ਵੀ ਇਹ ਗੱਲ ਆ ਚਾਹੇ ਪੋਲੀਟੀਕਲੀ ਜਿੰਨਾ ਮਰਜ਼ੀ ਸਰਸਾ ਮੇਰੇ ਖਿਲਾਫ ਹੋਵੇ ਜਾਂ ਮੈਂ ਉਹਨਾਂ ਦੀ ਮਾਨਤਾ ਕੈਂਸਲ ਕਰਨ ਦੇ ਖਿਲਾਫ ਕੇਸ ਕਰਾਂ ਜੋ ਵੀ ਕਰਾਂ ਪਰ 1984 ਦੇ ਮੁੱਦਿਆਂ ਦੇ ਵਿੱਚ ਕੋਰਟ ਦੇ ਵਿੱਚ ਅਸੀਂ ਇਕੱਠੇ ਹੋਏ ਵੈਰੀ ਗੁੱਡ ਅਸੀਂ ਇਕੱਠੇ ਹੋਏ ਬਲਕਿ ਹੁਣ ਮੈਂ ਤੁਹਾਨੂੰ ਹੁਣ ਦੀ ਗੱਲ ਦੱਸਦਾ ਆ ਸੱਜਣ ਕੁਮਾਰ ਦੀ ਬੇਲ ਰਿਜੈਕਟ ਹੋਈ ਆ ਜੀ ਮੈਂ ਉੱਥੇ ਆ ਰਿਹਾ ਜੀ ਜੀ ਕੁਝ ਦਿਨ ਪਹਿਲਾਂ ਦੀ ਗੱਲ ਆ ਸ਼ਾਮ ਨੂੰ ਮੈਂ ਇਹਨੂੰ ਫੋਨ ਕੀਤਾ ਸਰਸਾ ਨੂੰ ਮੈਂ ਕਿਹਾ ਸੱਜਣ ਕੁਮਾਰ ਦੀ ਬੇਲ ਲੱਗੀ ਆ ਤੇ ਉਹ ਸਫਦਰਜੰਗ ਹਸਪੀਟਲ ਚ ਤੇ ਉਹ ਗਲਤ ਰਿਪੋਰਟ ਨਾ ਆਪਣੇ ਇਨਫਲੂਐਂਸ ਪਾ ਕੇ ਡਾਕਟਰਾਂ ਤੇ ਕਿਤੇ ਰਿਪੋਰਟ ਆਪਣੀ ਫੇਵਰ ਚ ਨਾ ਲਿਆਵੇ ਉਹਦਾ ਅਸਰ ਹੋਊਗਾ ਸਰਸਾ ਕਹਿੰਦਾ ਮੈਂ ਅੰਕਲ ਹੁਣੇ ਹੋਮ ਸੈਕਟਰੀ ਨਾਲ ਗੱਲ ਕਰਦਾ ਕਹਿੰਦਾ ਬਿਲਕੁਲ ਸਹੀ ਰਿਪੋਰਟ ਆਊਗੀ ਗਲਤ ਰਿਪੋਰਟ ਨਹੀਂ ਆਉਂਦੇ ਬਲਕਿ ਦੇਖੋ ਗਾਈਡ ਤੇ ਇਹਨਾਂ ਨੂੰ ਮੈਂ ਕਰਨਾ ਨਾ ਅੱਗੇ ਕੰਮ ਇਹਨਾਂ ਨੇ ਕਰਨਾ ਬਲਕਿ ਸਾਡਾ ਇਸ ਤਰ੍ਹਾਂ ਦਾ ਇੱਥੇ ਰਿਲੇਸ਼ਨ ਅਸੀਂ ਰੱਖਿਆ ਇਸ ਤਰ੍ਹਾਂ ਦਾ ਰੱਖਿਆ 84 ਦੇ ਮੁੱਦੇ ਤੇ ਅਸੀਂ ਇਕੱਠੇ ਆ ਬਾਕੀ ਅਸੀਂ ਜਿਹੜੀ ਮਰਜ਼ੀ ਲੜਾਈ ਆ ਜੋ ਜਿਸ ਤਰ੍ਹਾਂ ਵੀ ਹੈ ਠੀਕ 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 ਫੁਲਕਾ ਸਾਹਿਬ ਆਪਾਂ ਨਾ ਫਿਰ ਉੱਥੇ ਹੀ ਆਉਂਦੇ ਹਾਂ ਇੱਕ ਲਾਸਟ ਛੋਟੀ ਜੀ ਬ੍ਰੇਕ ਹੈ ਲਾਸਟ ਸੈਗਮੈਂਟ ਵਾਸਤੇ ਲਾਸਟ ਸੈਗਮੈਂਟ 'ਤੇ ਆਉਣਾ ਆਪਾਂ ਉੱਥੇ ਹੀ ਆਉਂਦੇ ਤੁਹਾਨੂੰ ਕਠਿਨਾਈਆਂ ਹੋਰ ਕੀ ਆਈਆਂ ਅਤੇ ਫਿਰ ਜਿਹੜਾ ਸੱਜਣ ਕੁਮਾਰ ਦੀ ਜਿਹੜੀ ਆਲ ਦ ਵੇ ਜਦੋਂ ਕਨਵਿਕਟ ਕਰਵਾਇਆ ਗਿਆ ਇਹਨੂੰ ਇੰਨਾ ਟਾਈਮ ਕਿਉਂ ਲੱਗਿਆ ਪੜਦੇ ਪਿੱਛੇ ਕੌਣ ਸੀ ਜਿਹੜਾ ਇਹਨਾਂ ਨੂੰ ਬਚਾ ਰਿਹਾ ਪਰ ਆਪਾਂ ਰੁਕਣਾ ਪੈ ਰਿਹਾ ਇੱਕ ਲਾਸਟ ਕੁਇਕ ਬ੍ਰੇਕ ਲਈ ਦਰਸ਼ਕੋ ਸਾਡੇ ਨਾਲ ਜੁੜੇ ਹੋਏ ਨੇ ਮਾਣਯੋਗ ਐਚ ਐਸ ਫੁਲਕਾ ਸਾਹਿਬ ਬਹੁਤ ਸੋਹਣਾ ਐਲੈਬਰੇਟ ਕਰ ਰਿਹਾ ਹਰ ਇਸ਼ੂ ਦੇ ਉੱਤੇ ਸਾਨੂੰ ਰੁਕਣਾ ਪੈ ਰਿਹਾ ਇੱਕ ਲਾਸਟ ਬ੍ਰੇਕ ਲਈ ਇੱਦਾਂ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਣਯੋਗ ਐਚ ਐਸ ਫੁਲਕਾ ਸਾਹਿਬ ਫੁਲਕਾ ਸਾਹਿਬ ਮੇਰਾ ਕੁਐਸਚਨ ਆਪਾਂ ਫਿਰ ਦੋ ਤਿੰਨਾਂ ਨੂੰ ਆਪਾਂ ਕਰ ਲੈਂਦੇ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਐਲੈਬਰੇਟ ਕਰ ਸਕੋ ਕੀ ਕਾਰਨ ਸੀ ਕਿ ਬੰਦੇ ਹੋਰ ਵੀ ਹੋਣਗੇ ਪਰ ਸੱਜਣ ਕੁਮਾਰ ਦਾ ਨਾਮ ਪਹਿਲੇ ਦਿਨਾਂ ਤੋਂ ਆ ਰਿਹਾ ਇੰਨਾ ਵਕਤ ਕਿਉਂ ਲੱਗ ਗਿਆ ਪੜਦੇ ਪਿੱਛੇ ਕੋਈ ਉਹਨਾਂ ਨੂੰ ਕਵਰ ਕਰ ਰਿਹਾ ਸੀ ਨੰਬਰ 1 ਕੀ ਤੁਹਾਨੂੰ ਹੋਰ ਵੀ ਥਰੈਟਸ ਆਈਆਂ ਜਾਂ ਜਿਹੜੇ ਐਵੀਡੈਂਸ ਸੀ ਜਾਂ ਹੋਰ ਗਵਾਹ ਸੀ ਉਹਨਾਂ ਨੂੰ ਵੀ ਕਿਸੇ ਨੇ ਥਰੈਟ ਕਰਨ ਦੀ ਕੋਸ਼ਿਸ਼ ਕੀਤੀ ਓਵਰ ਦ ਪੀਰੀਅਡ ਆਫ ਟਾਈਮ ਇੰਨਾ ਟਾਈਮ ਕਿਉਂ ਲੱਗਿਆ ਸਭ ਤੋਂ ਪਹਿਲਾਂ ਤਾਂ ਸੱਜਣ ਕੁਮਾਰ ਦੀ ਗੱਲ ਦੇਖੋ ਜਿਹੜਾ ਇਹਦਾ ਮਾਸਟਰ ਮਾਈਂਡ ਆ ਉਹ ਤਾਂ ਸੀਗਾ ਐਚਕੇਐਲ ਭਗਤ ਜੀ ਜੋ ਮੇਨ ਸੀਗਾ ਸੱਜਣ ਕੁਮਾਰ ਦੇ ਟਾਈਟਲ ਉਹਦੇ ਚੇਲੇ ਸੀ ਐਚਕੇਐਲ ਭਗਤ ਉਦੋਂ ਕੈਬਨਿਟ ਮਿਨਿਸਟਰ ਸੀ ਤੇ ਬਹੁਤ ਪਾਵਰਫੁਲ ਲੀਡਰ ਸੀ ਅੱਜ ਦੇ ਦਿਨ ਦੇ ਵਿੱਚ ਤੁਸੀਂ ਲੜਕੇ ਲਾ ਲਓ ਮੋਦੀ ਤੇ ਕੇਜਰੀਵਾਲ ਨੂੰ ਰਲਾ ਕੇ ਵੀ ਇਹਨਾਂ ਦੀ ਇੰਨੀ ਪਾਵਰ ਨਹੀਂ ਬਣਦੀ ਜਿੰਨਾ ਕੰਟਰੋਲ ਐਚਕੇਐਲ ਭਗਤ ਦਾ ਦਿੱਲੀ ਸੀ ਤੇ ਅਸਲੀ ਮਾਸਟਰ ਮਾਈਂਡ ਉਹ ਸੀ ਪਹਿਲਾਂ ਔਰ ਪਰ ਸਭ ਤੋਂ ਜ਼ਿਆਦਾ ਜੋ ਕੀਤਾ ਉਹ ਸੱਜਣ ਕੁਮਾਰ ਨੇ ਕੀਤਾ ਸਭ ਤੋਂ ਸੱਜਣ ਕੁਮਾਰ ਆਪ ਜਗ੍ਹਾ ਜਗ੍ਹਾ ਤੇ ਜਾ ਕੇ ਕੋਲੇ ਖੜ ਖੜ ਕੇ ਇਹਨਾਂ ਨੇ ਮਰਵਾਇਆ ਮੈਂ ਤੁਸੀਂ ਜਦੋਂ ਇਹ ਗੱਲ ਕੀਤੀ ਕਿ ਜੋ ਸਾਡੀਆਂ ਕੁੜੀਆਂ ਦਾ ਬੁਰਾ ਹਾਲ ਕੀਤਾ ਮੈਂ ਤੁਹਾਨੂੰ ਇੱਕ ਸੁਣਾਵਾਂ ਸੁਲਤਾਨਪੁਰੀ ਦੇ ਵਿੱਚ ਇੱਕ ਲੜਕੀ ਦੀ ਮੈਰਿਜ ਸੀ ਜੀ ਤੇ ਉਹ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੀ 1 ਨਵੰਬਰ ਨੂੰ ਸਵੇਰੇ ਇਹਨਾਂ ਨੇ ਉੱਥੇ ਅਟੈਕ ਕੀਤਾ ਤੇ ਉਹ ਜਿਹੜੀ ਕੁੜੀ ਦੀ ਮੈਰਿਜ ਸੀ ਉਹਦਾ ਪਿਓ ਉਹਦਾ ਭਰਾ ਉਹਦਾ ਚਾਚਾ ਤਾਇਆ ਮਾਮਾ ਮਾਸੜ ਫੁੱਫੜ ਉਹਦੇ ਚਾਚੇ ਦੇ ਪੁੱਤ ਮਾਮੇ ਦੇ ਪੁੱਤ ਮਾਸੜ ਦੇ ਪੁੱਤ 9 ਬੰਦੇ ਕਰਕੇ ਮਾਰਤੇ ਤੇ ਉਹ ਜਿਹੜੀ ਕੁੜੀ ਸੀ ਵਿਆਹ ਲਈ ਉਹਨੂੰ ਚੁੱਕੇ ਲੈ 3 ਦਿਨ ਬਾਅਦ ਉਹ ਕੁੜੀ ਵਾਪਸ ਆਈ ਅੱਧੀ ਪਾਗਲ ਜਿਹੜਾ ਬੁਰਾ ਹਾਲ ਤੇ ਉਹਦੀ ਮਾਂ ਨੇ ਜਿਹੜੇ ਨਾਮ ਦਿੱਤੇ ਆ ਉਹ ਨਾਮ ਉਹ ਬੰਦੇ ਆ ਜਿਹੜੇ ਸੱਜਣ ਕੁਮਾਰ ਦੇ ਨਾਲ ਕੋਫਿਊਟਾ ਔਰ ਸੱਜਣ ਕੁਮਾਰ ਦੇ ਖਾਸ ਔਰ ਸੱਜਣ ਕੁਮਾਰ ਨੇ ਹੀ ਉਹ ਸਾਰਾ ਕੁਛ ਕਰਿਆ ਅੱਛਾ ਹੁਣ ਇਹ ਗੱਲ ਅਸੀਂ ਭਗਤ ਸਿੰਘ ਨੂੰ ਪਹਿਲਾਂ ਪੜਿਆ ਸੀ ਉਹਦਾ ਜੇ ਸੱਜਣ ਜਦੋਂ ਇਹ ਭਗਤ ਦੀ ਡੈਥ ਹੋ ਗਈ ਉਸ ਤੋਂ ਬਾਅਦ ਸੱਜਣ ਕੁਮਾਰ ਜ਼ਿਆਦਾ ਅੱਗੇ ਆਇਆ ਭਗਤ ਜੋ ਸੀ ਇਹ 34 ਸਾਲਾਂ ਬਾਅਦ 2018 ਚ ਇਹ ਉਮਰ ਕੈਦ ਦੀ ਜੋ ਸਜ਼ਾ ਸੁਣੀ ਸੱਜਣ ਕੁਮਾਰ ਨੂੰ ਇਹ 1995 ਦੇ ਵਿੱਚ ਭਗਤ ਨੂੰ ਹੋਣੀ ਸੀ 1995 ਵਿੱਚ ਜਸਟ ਢੀਂਗਰਾ ਸੀ ਜੱਜ ਸ਼ਿਵ ਨਾਰਾਇਣ ਢੀਂਗਰਾ
ਉਸਨੇ ਭਗਤ ਦੇ ਵਰੰਟ ਕੱਢੇ। ਉਹਨਾਂ ਦਿਨਾਂ ਚ ਪੋਲੀਟੀਕਲ ਲੀਡਰਾਂ ਦੇ ਵਰੰਟ ਨਹੀਂ ਸੀ ਨਿਕਲਦੇ, ਹੁਣ ਅੱਜ ਕੱਲ੍ਹ ਤਾਂ ਆਮ ਜੀ ਗੱਲ ਹੋ ਗਈ। ਉਹਨਾਂ ਨੇ ਭਗਤ ਦੇ ਵਰੰਟ ਕੱਢੇ, ਭਗਤ ਜਿਸ ਦਿਨ ਉੱਥੇ ਕੋਰਟ ਜਾ ਕੇ ਪੇਸ਼ ਹੋਇਆ, ਉੱਥੇ ਭਗਤ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਕੋਰਟ ਵਿੱਚ। ਭਗਤ ਦੇ ਨਾਲ 10,000 ਬੰਦਾ ਉੱਥੇ ਕੋਰਟ ਵਿੱਚ, ਅਕੜਕਡਮਾ ਕੋਰਟ ਵਿੱਚ 10,000 ਭਗਤ ਨਾਲ ਬੰਦਾ, ਨਾਲ 100 ਵਕੀਲ, ਬਾਰ ਕੌਂਸਲ ਦਾ ਚੇਅਰਮੈਨ ਨਾਲ ਲੀਡ ਕਰ ਰਿਹਾ। ਉੱਥੇ ਕੋਰਟ ਚ ਐਸਾ ਮਾਹੌਲ ਸੀ, ਉਧਰੋਂ ਮੈਂ ਸੀ, ਮੇਰੇ ਨਾਲ ਮੇਰੇ ਦੋ ਜੂਨੀਅਰ, ਤਿੰਨ ਜਾਣੇ, ਐਸਾ ਕੋਰਟ ਚ ਚਾਰਜ ਮਾਹੌਲ ਸੀ ਕਿ ਜਦੋਂ ਆਰਗੂਮੈਂਟ ਹੋ ਗਏ, ਖਤਮ ਹੋ ਗਏ, ਬੜੇ ਗਰਮੋ ਗਰਮ ਬਹਿਸ ਹੋਈ, ਬੜੀ ਗਰਮੋ ਗਰਮ, ਤੇ ਉਦੋਂ ਬਾਅਦ ਉਹ ਜੱਜ ਦੇ ਉਹ ਭਗਤ ਦੇ ਟੋਲੇ ਚੋਂ ਦੋ ਵਕੀਲ ਮੇਰੇ ਕੋਲ ਆਏ, ਕਹਿੰਦੇ ਸਾਨੂੰ ਪਤਾ ਇਹਨੇ ਇਹਦੀ ਬੇਲ ਰਿਜੈਕਟ ਕਰਨੀ ਆ ਤੇ ਇਹਨੂੰ ਭੇਜਣਾ ਜੇਲ੍ਹ, ਤੇ ਤੁਸੀਂ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਜਾਓ, ਤੁਹਾਨੂੰ ਲੋਕਾਂ ਨੇ ਨਿਕਲ ਨਹੀਂ ਦੇਣਾ, ਕਹਿੰਦੇ ਇਹ ਆਰਡਰ ਦਵਾਓ। ਤੇ ਉਹ ਜਿਹੜਾ ਰੀਡਰ ਸੀ ਜੱਜ ਦਾ, ਉਹਨੇ ਸੁਣ ਲਿਆ। 1995 ਦੀ ਗੱਲ ਦੱਸਦਾ, ਉਹਨਾਂ ਦਾ ਹਾਲ ਇਹ, ਉਹਨਾਂ ਦੇ ਵਕੀਲਾਂ ਨੇ ਆ ਕੇ ਤੁਹਾਨੂੰ ਦੱਸਿਆ? ਵਾਹ, ਵਕੀਲ ਤਾਂ ਇਕੱਠੇ ਹੁੰਦੇ ਸੀ ਨਾ ਸਾਰੇ, ਹੁਣ ਜਿਹੜਾ ਬਾਰ ਕੌਂਸਲ ਦਾ ਚੇਅਰਮੈਨ ਆਇਆ ਸੀ ਉਹ ਵੀ ਮੈਨੂੰ ਜਾਣਦਾ ਸੀ, ਕੋਰਟ ਇਕੱਠੇ ਸੀ ਨਾ, ਉਹਨਾਂ ਚ ਉਹ 100 ਵਕੀਲ ਆਇਆ ਸੀ ਉਹਦੇ ਨਾਲ। ਵਾਹ, ਉਹਨਾਂ ਚੋਂ ਦੋ ਵਕੀਲ ਮੇਰੇ ਕੋਲ ਆਏ, ਉਹਨਾਂ ਨੇ ਆ ਕੇ ਦੱਸਿਆ, ਕਹਿੰਦੇ ਅਸੀਂ ਬਾਹਰ ਦਾ ਮਾਹੌਲ ਦੇਖ ਕੇ ਆਏ ਹਾਂ, ਹੈ ਉਹਨਾਂ ਨੇ ਤੁਹਾਨੂੰ ਬਾਹਰ ਛੱਡਣਾ ਨਹੀਂ। ਉਹ ਜੱਜ ਦੇ ਰੀਡਰ ਨੇ ਸੁਣ ਲਿਆ, ਉਹ ਜੱਜ ਦੇ ਰੀਡਰ ਨੇ ਆਰਡਰ ਤੋਂ ਪਹਿਲਾਂ ਹੀ ਸਾਨੂੰ ਪਿਛਲੇ ਪਾਸਿਓਂ ਉਹਨੂੰ ਕੱਢਤਾ, ਜੱਜ ਦੇ ਕਮਰੇ ਦੇ ਵਿੱਚ ਦੀ ਸਾਨੂੰ ਬਾਹਰ ਕੱਢਿਆ ਤੇ ਸਾਨੂੰ ਭੇਜਤਾ। ਉਹਨੇ ਭਗਤ ਨੂੰ ਜੇਲ੍ਹ ਭੇਜਿਆ, ਜੇਲ੍ਹ ਰਿਹਾ, ਔਰ ਭਗਤ ਬਲਕਿ ਇਹਨਾਂ ਨੇ ਉਹਨੂੰ ਜੇਲ੍ਹ ਭੇਜਣ ਦੇ ਕਰਕੇ ਉਹ ਜਿਹੜਾ ਜੱਜ ਢੀਂਗਰਾ ਸੀ, ਉਹਨੇ ਹਾਈਕੋਰਟ ਜਦੋਂ ਪ੍ਰਮੋਸ਼ਨ ਹੋਣੀ ਸੀ, 2 ਸਾਲ ਉਹਦੀ ਪ੍ਰਮੋਸ਼ਨ ਲੇਟ ਕਰਤੀ, ਉਹਨੂੰ ਪ੍ਰਮੋਟ ਨਹੀਂ ਕੀਤਾ ਇਹਨਾਂ ਨੇ, ਕਾਂਗਰਸ ਸਰਕਾਰ ਸੀ ਉਦੋਂ, ਤੇ ਉਹ ਜੱਜ ਨਾਲ ਇਹ ਹੱਲ ਕੀਤਾ। ਤੇ ਅਸੀਂ ਕੀ ਕੀਤਾ, ਉਦੋਂ ਅਗਲੀ ਪੇਸ਼ੀ ਤੇ ਜਦੋਂ ਗਵਾਹ ਸਤਨਾਮੀ ਬਾਈ ਪੇਸ਼ ਹੋਈ, ਮੁੱਕਰ ਗਈ, ਉਹ ਮੁੱਕਰ ਗਈ, ਔਰ ਮੁਕਰਾਇਆ ਕਿਹਨੇ? ਸਾਡੇ ਸਿੱਖ ਲੀਡਰਾਂ ਨੇ। ਦਿੱਲੀ ਗੁਰਦੁਆਰਾ ਕਮੇਟੀ ਦਾ ਇੱਕ ਮੈਂਬਰ ਜੀ ਦੀ ਡਿਊਟੀ ਲੱਗੀ ਸੀ ਕਿ ਤੂੰ ਗਵਾਹਾਂ ਨੂੰ ਦੇਖਣਾ, ਤੂੰ ਇਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ, ਤੂੰ ਇਹਨਾਂ ਨੂੰ ਕੋਰਟ ਲੈ ਕੇ ਆਉਣਾ, ਕੋਰਟ ਛੱਡ ਕੇ ਆਉਣਾ। ਉਹੀ ਉਹ ਗੁਰਦੁਆਰਾ ਕਮੇਟੀ ਦਾ ਮੈਂਬਰ ਜਿਹਨੇ ਕਹਿੰਦੇ ਉਹਨੇ ਮਕਰਾਇਆ ਭਗਤ, ਕੋਈ ਕੋਈ ਕਹਿੰਦਾ 50 ਲੱਖ, ਕੋਈ 55 ਲੱਖ, ਬਲਕਿ ਲਿਆ, ਲੈ ਕੇ ਉਹਨੂੰ ਮਕਰਾਇਆ, ਤੇ ਉਹ ਜੱਜ ਉਹਦਾ ਉਹ ਹਾਲ ਹੋਈ ਜੱਜ, ਬਲਕਿ ਪੁੱਛੋ ਨਾ ਜੋ ਇਹਨਾਂ ਜੱਜ ਦੀ ਦੁਰਦਸ਼ਾ ਕੀਤੀ ਉਸ ਤੋਂ ਤੇ, ਮਤਲਬ ਇਹ ਤਾਂ ਹਾਲ ਆ। ਉਦੋਂ ਮਗਰੋਂ ਉਸੇ ਲੀਡਰ ਨੂੰ, ਉਹ ਗੁਰਦੁਆਰਾ ਕਮੇਟੀ ਦੇ ਮੈਂਬਰ ਨੂੰ, ਉਦੋਂ ਭਾਈ ਰਣਜੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸੀ, ਉਹਨਾਂ ਨੇ ਉਹਨੂੰ ਸਮਨ ਕੀਤਾ, ਸਮਨ ਕਰਕੇ ਉਹਨੂੰ ਤਨਖਈਆ ਡਿਕਲੇਅਰ ਕੀਤਾ। ਅੱਜ ਤੱਕ ਉਹ ਤਨਖਈਆ, ਪਰ ਉਹ ਤਨਖਈਆ ਹੁੰਦੇ ਹੋਏ ਉਦੋਂ ਬਾਅਦ 5 ਵਾਰੀ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂਬਰ ਚੁਣਿਆ ਗਿਆ, ਬਾਦਲ ਦਲ ਨੇ ਉਹਨੂੰ 5 ਵਾਰੀ ਟਿਕਟ ਦਿੱਤੀ, ਅੱਜ ਵੀ ਉਹ ਗੁਰਦੁਆਰਾ ਕਮੇਟੀ ਦਾ ਮੈਂਬਰ ਹੈ। ਹੁਣ ਤੁਸੀਂ ਪੁੱਛਦੇ ਹੋ ਕਠਿਨਾਈਆਂ, ਹਾਂਜੀ ਕਠਿਨਾਈਆਂ ਮੈਂ ਤੁਹਾਨੂੰ ਆਹ ਦੱਸਦੇ ਹਾਂ। ਜਦੋਂ ਟਾਈਟਲ ਦੇ ਖਿਲਾਫ਼ ਕੇਸ ਸ਼ੁਰੂ ਹੋਇਆ, ਟਾਈਟਲ ਉਹਦਾ ਮੰਤਰੀ ਸੀ, ਅਸੀਂ ਕੇਸ ਸ਼ੁਰੂ ਕੀਤਾ ਤੇ ਅਸੀਂ ਪੂਰਾ ਜ਼ੋਰ ਲਾ ਰਹੇ ਸੀ ਕਿ ਟਾਈਟਲ ਦਾ ਅਸਤੀਫਾ ਹੋਵੇ, ਤੇ ਆਹ ਗੁਰਦੁਆਰਾ ਕਮੇਟੀ ਦਾ ਉਹਦਾ ਪ੍ਰਧਾਨ, ਆਹ ਦੇਖ ਲਓ, ਆਹ ਤੁਹਾਡੇ ਸਕਰੀਨ ਤੇ ਮੈਂ ਦਿਖਾ ਰਿਹਾ ਕਿ ਹਾਂ, ਹੁਣ ਆ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਪ੍ਰਹਲਾਦ ਸਿੰਘ ਚੰਡਿਓਕ ਟਾਈਟਲ ਨੂੰ ਸਿਰੋਪਾ ਦੇ ਕੇ ਉਹਨੂੰ ਕਿਰਪਾਨ ਦੇ ਰਿਹਾ, ਤੇ ਜਾ ਕੇ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਫੁਲਕੇ ਨੂੰ ਟਾਈਟਲ ਭਾਈ ਸਾਹਿਬ ਨੂੰ ਖਰਾਬ ਨਹੀਂ ਕਰਨ ਦੇਵਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ SGPC ਆ, ਕੀ ਉਹਨਾਂ ਨੇ ਤੁਹਾਡੀ ਕਦੇ ਫਾਈਨੈਂਸ਼ੀਅਲੀ ਹੈਲਪ ਕੀਤੀ ਸੀ ਇਹਨਾਂ ਕੇਸਾਂ ਬਾਰੇ ਦੀ ਗੱਲ ਕਰ ਰਹੇ? ਦੇਖੋ, SGPC ਦਾ ਨਾ ਜ਼ਿਆਦਾ ਤਲਕ ਨਹੀਂ ਸੀ, ਥੋੜੀ ਜਿਹਾ ਇੱਕ ਟਾਈਮ ਆਇਆ ਸੀ ਜਦੋਂ ਕਿ 2010 ਦੀ ਗੱਲ ਆ, ਉਦੋਂ ਮਤਲਬ ਕਿ ਇਹਨਾਂ ਨੇ SGPC ਨੇ ਹੈਲਪ ਕਰਨੀ ਸ਼ੁਰੂ ਕੀਤੀ ਸੀ, ਪਰ ਮੈਂ ਤਾਂ ਇੱਕ ਨਵਾਂ ਪੈਸਾ ਲਿਆ, ਮੈਂ SGPC ਤੋਂ ਇੱਕ ਨਵਾਂ ਪੈਸਾ ਲਿਆ, ਇਹ ਮੈਂ ਤੁਹਾਨੂੰ ਦੱਸਦਾ। ਇਹ ਵੀ ਗੱਲ ਕਦੋਂ, ਜਿਹੜੇ ਦੂਜੇ ਵਕੀਲ ਸੀਗੇ, ਹੁਣ ਤੁਸੀਂ ਜਿਹੜੇ ਕੋਈ ਦੂਜੇ ਵਕੀਲ, ਉਹਨਾਂ ਤਾਂ ਨਹੀਂ ਤੁਸੀਂ ਐਕਸਪੈਕਟ ਕਰ ਸਕਦੇ ਕਿ ਉਹ ਕੜਕੜਡੂਮਾ ਕੋਰਟ ਆਪਣੀ ਸਾਡੀ ਪ੍ਰੈਕਟਿਸ ਛੱਡ ਕੇ ਉੱਥੇ ਘੰਟਾ ਦੂਰ ਆ, ਉੱਥੇ ਜਾਣ ਤੇ ਆਪਣੀ ਫੀਸਾਂ ਵੀ ਨਾ ਲੈਣ, ਉਹਨਾਂ ਤਾਂ ਫੀਸਾਂ ਦੇਣੀਆਂ ਸੀ। ਅੱਛਾ, ਉਹ ਵੀ ਮੈਂ ਦੱਸਦਾ, ਉਹ ਜਦੋਂ ਮੈਂ ਪੋਲੀਟਿਕਸ ਜੁਆਇਨ ਕੀਤੀ ਤਾਂ ਉਹਦੇ ਸੁਖਬੀਰ ਬਾਦਲ ਨੇ ਕਿਹਾ ਜੀ ਫੂਲਕਾ ਨੇ ਤਾਂ ਮੋਟੀਆਂ ਫੀਸਾਂ ਲੈ ਲਈਆਂ,
ਤੇ ਫੁਲਕਾ ਨੇ ਤਾਂ ਬਲਕਿ ਇੰਨਿਆਂ ਇਹਦਾ ਪੈਸੇ ਵਾਸਤੇ ਕਰ ਰਿਹਾ। ਤੇ ਮੈਂ ਜਦੋਂ ਉਹਨੂੰ ਕਿਹਾ ਕਿ 1 ਰੁਪਈਆ ਦਿਖਾ ਦੇ, ਮੈਂ ਪੋਲੀਟਿਕਸ ਦਾ ਕੀ, ਮੈਂ ਵਕਾਲਤ ਛੱਡ ਦੂੰ, 1 ਰੁਪਈਆ ਦਿਖਾ ਦੇ। ਸੁਪਰੀਮ ਕੋਰਟ ਦੇ ਵਿੱਚ 6-7 ਕੇਸ ਸੀਗੇ, ਕਰਕਟਦਮਾ ਕੋਰਟ ਸੀ ਸਾਰੇ, ਉਹ ਸਾਰਿਆਂ ਨੇ ਰਲਾ ਕੇ 7 ਲੱਖ ਰੁਪਇਆ ਫੀਸ ਬਣੀ ਟੋਟਲ ਸਾਰਿਆਂ ਦੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਐਂ ਕਰੋ, ਤੁਸੀਂ ਲਿਸਟ ਰਿਲੀਜ਼ ਕਰੋ, ਜਿਹੜੇ ਆ ਸੱਜਣ ਕੁਮਾਰ ਦਾ ਕੇਸ ਜਿਹੜੇ ਸਾਰੇ ਵਕੀਲ ਕਰ ਰਹੇ ਆ, ਇਹਨਾਂ ਤਾਂ 7 ਲੱਖ ਤੁਸੀਂ ਫੀਸ ਦਿੱਤੀ ਆ, ਹੁਣ ਤੁਸੀਂ 42 ਲੱਖ ਇਹਨੂੰ ਦਿੱਤੀ, ਲਿਸਟ ਰਿਲੀਜ਼ ਕਰੋ। ਉਹ ਵਿੱਚੋਂ ਪਤਾ ਚੱਲਿਆ ਇਹਨਾਂ ਦਾ ਆਪਣਾ ਜੋ ਅਕਾਲੀ ਦਲ ਦਾ ਇੱਕ ਲੋਅਰ ਸੀ, ਬੜਾ ਤਕੜਾ ਲੋਅਰ, ਮੈਂ ਨਾਮ ਨਹੀਂ ਲੈਂਦਾ ਵਿਚਾਰਾ ਹੁਣ ਉਹਦਾ, ਤੇ ਬੜਾ ਤਕੜਾ ਲੋਅਰ ਸੀ, ਉਹਦੇ ਜੂਨੀਅਰਸ ਨੂੰ ਉਹਨਾਂ ਨੂੰ 84 ਨਾਮ ਤੇ ਉਹਨਾਂ ਨੂੰ ਫੀਸ ਦੇਈ ਗਏ। ਇਹਨਾਂ ਲਿਸਟ ਨਹੀਂ ਰਿਲੀਜ਼ ਕੀਤੀ, ਅੱਜ ਵੀ ਇਹਨਾਂ ਨੂੰ ਪੁੱਛ ਲਓ ਲਿਸਟ ਰਿਲੀਜ਼ ਕਰ ਲਓ, ਤੁਹਾਨੂੰ ਪਤਾ ਚੱਲ ਜੂਗਾ। ਬਲਕਿ ਹਾਂ ਠੀਕ ਆ, ਮੈਂ ਤੁਹਾਨੂੰ ਕਹਿੰਦਾ ਕਿ ਮਦਦ ਇਹਨਾਂ ਨੇ ਉਹ ਉਦੋਂ ਬਲਕਿ ਉਸ ਟਾਈਮ ਤੇ ਕੀਤੀ, ਉਸ ਟਾਈਮ ਦੇ ਉੱਤੇ ਉਹ ਕੀਤਾ, ਪਰ ਨਾਲ ਦੀ ਨਾਲ ਹੀ ਉਹ ਗੱਲ ਇਹ ਆ, ਉਵੇਂ ਆ ਦਿੱਲੀ ਗੁਰਦੁਆਰਾ ਕਮੇਟੀ ਦਾ, ਦਿੱਲੀ ਗੁਰਦੁਆਰਾ ਕਮੇਟੀ ਕਰੇ ਜੋ ਕਮਲਨਾਥ ਦਾ ਕੇਸ ਮੈਂ ਕਿਹਾ ਸ਼ੁਰੂ ਕਰੋ, ਉਦੋਂ ਰੌਲਾ ਪਿਆ, ਇਹਨਾਂ ਨੇ ਕਿਹਾ ਜਿਸ ਤਰ੍ਹਾਂ 1 ਕਰੋੜ ਰੁਪਇਆ ਇੱਥੇ ਦੇਤਾ, ਤੇ ਜੋ 1 ਕਰੋੜ ਰੁਪਇਆ ਦੇਤਾ, ਤੇ ਇੱਕ ਜੱਜ ਸਾਹਿਬ ਰਿਟਾਇਰਡ ਜੱਜ ਸੀ, ਉੱਠ ਕੇ ਉਹਨਾਂ ਨੇ ਕਿਹਾ ਜੀ ਫੁਲਕੇ ਨੂੰ ਸਾਫ ਦੇਣਾ ਚਾਹੀਦਾ 1 ਕਰੋੜ ਰੁਪਈਏ ਦਾ, ਉਹਨੇ ਕਿੱਥੇ ਖਰਚਿਆ। ਉਹ ਮੀਡੀਆ ਨੇ ਜਾ ਕੇ ਇਹਨਾਂ ਨੂੰ ਕਿਹਾ, ਉਦੋਂ ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਕਹਿੰਦੇ, ਫੁਲਕਾ ਤਾਂ ਇਹ ਕਹਿ ਰਿਹਾ ਕਿ 1 ਰੁਪਈਏ ਦਾ ਚੈੱਕ ਮੈਨੂੰ ਦਿਖਾ ਦੇ, ਉਹ ਕਹਿੰਦੇ ਨਾ ਉਹਨੂੰ ਦਿੱਤਾ ਸੀ, ਉਹਨਾਂ ਤਾਂ ਦਿੱਤਾ, ਕਹਿੰਦੇ ਫਿਰ ਕੀ ਕੀਤਾ, ਕਹਿੰਦੇ ਆਪ ਖਰਚਿਆ, ਉਹ ਕਹਿੰਦੇ ਆਪ ਖਰਚੇ ਦਾ ਲਿਸਟ ਦੇ ਦਿਓ। ਉਦੋਂ ਬਾਅਦ ਉਹ ਮੇਰੇ ਕੋਲ ਇੱਕ ਇੱਥੇ ਰਿਟਾਇਰ ਚੇਅਰਮੈਨ ਆ ਬੈਂਕ ਦੇ, ਉਹਨਾਂ ਨੇ ਕੀ ਕਿਹਾ, ਉਹ ਕਹਿੰਦੇ ਜੀ ਤੁਸੀਂ ਇਹਨਾਂ ਨੇ ਬਿਲਕੁਲ ਹਿਸਾਬ ਕਿਤਾਬ ਨਹੀਂ ਦੇਣਾ, ਰੌਲਾ ਹੀ ਪਾਉਣਾ। ਮੈਂ ਕਿਹਾ ਕਿਉਂ ਹਿਸਾਬ ਕਿਤਾਬ ਕਿਉਂ ਨਹੀਂ ਦਿੰਦੇ, ਦੇਣ ਕਿੱਥੇ ਖਰਚਿਆ ਭਾਈ, ਹੈਂ? ਕਹਿੰਦੇ ਕਿਉਂਕਿ ਇਹ 84 ਦੇ ਨਾਮ ਤੇ ਕੋਈ ਪੁੱਛਦਾ ਨਹੀਂ, ਇਹ ਜਿਹੜੇ ਇੱਧਰ ਉੱਧਰ ਪੈਸੇ ਲਾਉਂਦੇ ਆ 84 ਦੇ ਨਾਮ ਦੇ ਉੱਤੇ, ਉਹਦੇ ਖਰਚੇ 'ਚ ਪਾ ਦਿੰਦੇ ਆ, ਬਲਕਿ ਇਹ ਰਿਹਾ। ਪਰ ਚਲੋ ਇਹਨਾਂ ਗੱਲਾਂ ਸਾਨੂੰ ਜਾਣ ਦੀ ਬਹੁਤੀ ਲੋੜ ਨਹੀਂ, ਲੋੜ ਨਹੀਂ। ਹੁਣ ਗੱਲ ਇਹ ਆ ਕਿ ਜੇ ਅਸੀਂ ਇਹ ਕੇਸ ਲੜਨੇ ਆ ਤਾਂ ਸਾਨੂੰ ਰਲ ਕੇ ਲੜਨਾ ਪੈਣਾ, ਇਕੱਠੇ ਹੋ ਕੇ ਲੜਨਾ ਪੈਣਾ। ਇਹ ਜਦੋਂ ਦਾ ਮਨਜੀਤ ਆਇਆ ਤੇ ਜਦੋਂ ਦਾ ਇਹ ਸਰਸਾ ਆਇਆ, ਉਦੋਂ ਦਾ ਇਹ ਕਾਫੀ ਬਲਕਿ ਠੀਕ ਆ, ਇਹ ਕੋਆਰਡੀਨੇਸ਼ਨ ਚੱਲ ਰਹੀ ਆ, ਕੋਆਰਡੀਨੇਸ਼ਨ ਪਹਿਲਾਂ ਵੀ ਸੀਗੀ, ਪਰ ਹੁਣ ਇਹਨਾਂ ਦਾ ਇਹਦਾ ਵਰਕਿੰਗ ਸਟਾਈਲ ਬੜਾ ਡਿਫਰੈਂਟ ਆ। ਉਹਨੇ ਬਲਕਿ ਇਹ ਆਪਸ ਚ ਅਸੀਂ ਮਿਲ ਕੇ ਚੱਲ ਰਹੇ, ਉਹਨਾਂ ਦੇ ਆਪਣੇ ਵਕੀਲ ਆ, ਉਹ ਆਪਣੇ ਵਕੀਲ ਹੁੰਦੇ ਆ, ਉਹਨਾਂ ਦੇ ਆਪਣੇ ਵਕੀਲ ਆ ਪੇਸ਼ ਹੁੰਦੇ ਆ, ਪਰ ਹੁੰਦੇ ਆ ਉੱਥੇ ਮੇਰੇ ਨਾਲ, ਅਸੀਂ ਇਕੱਠੇ ਰਲ ਕੇ ਸਟ੍ਰੈਟਜੀ ਬਣਾ ਕੇ ਇਕੱਠੇ ਰਲ ਕੇ ਚੱਲ। ਫੁਲਕਾ ਸਾਹਿਬ, ਤੁਸੀਂ ਐਲੈਬਰੇਟ ਬਹੁਤ ਸੋਹਣਾ ਕੀਤਾ, ਆਪਣੇ ਕੋਲ ਮਿੰਟ 2-3 ਨੇ, ਮੇਰਾ ਲਾਸਟ ਇੱਕ ਕੁਐਸਚਨ ਹੈ। ਸਰਕਾਰਾਂ 'ਤੇ ਉਂਗਲੀਆਂ ਉੱਠਦੀਆਂ, ਜੋ ਮਾੜਾ ਕਰੇ ਕੋਈ ਚੰਗਾ ਕਰੇ ਇਸ ਸਰਕਾਰ 'ਤੇ ਪਿਛਲੀਆਂ 'ਤੇ, ਪਰ ਕਹਿੰਦੇ ਹੁੰਦੇ ਨਾ ਕਿ ਹਰ ਇੱਕ ਹੱਥ 'ਚ 5 ਉਂਗਲਾਂ ਉਹ ਬਰਾਬਰ ਨਹੀਂ ਹੁੰਦੀਆਂ, ਕਿਸ 'ਚ ਕੋਈ ਕਮੀ ਹੁੰਦੀ ਹੈ, ਕਿਸ 'ਚ ਕੋਈ ਵਧੀਆ ਗੱਲ ਵੀ ਹੁੰਦੀ ਹੈ। ਮੇਰਾ ਕੁਐਸਚਨ ਤੁਹਾਡੇ ਤੋਂ ਫੁਲਕਾ ਸਾਹਿਬ ਲਾਸਟ ਦੇ ਵਿੱਚ ਇਹ ਆ ਕਿ ਅੱਜ ਤੋਂ 35-36 ਸਾਲ ਪਹਿਲਾਂ ਜੁਡੀਸ਼ਰੀ ਤਾਂ ਉਸੇ ਕੰਟਰੀ ਮਾਣਯੋਗ ਨੇ ਸਾਰੇ ਕੋਰਟ ਸੁਪਰੀਮ ਕੋਰਟ ਤੱਕ, ਅਤੇ ਅੱਜ ਦੀ ਜੁਡੀਸ਼ਰੀ 'ਚ ਤੁਸੀਂ ਕੀ ਫਰਕ ਦੇਖ ਰਹੇ ਹੋ ਉੱਥੇ? ਬਹੁਤ ਫਰਕ ਜੀ, ਉਦੋਂ ਮਤਲਬ ਕਿ ਇੱਥੋਂ ਤੱਕ ਕਿ ਉਦੋਂ ਤਾਂ ਅਸੀਂ ਇਹੋ ਜਿਹੇ ਆਰਡਰ ਸੋਚ ਵੀ ਨਹੀਂ ਸਕਦੇ ਜਿਹੋ ਜਿਹਾ ਤੁਹਾਨੂੰ ਅੱਜ ਮਿਲ ਰਿਹਾ। ਬਲਕਿ ਮੈਂ ਇਹ ਦੇਖਿਆ ਸੱਜਣ ਕੁਮਾਰ ਨੂੰ CBI ਨੇ ਗ੍ਰਿਫਤਾਰ ਕਰ ਲਿਆ 1990 'ਚ ਜੀ, ਉਹਨੂੰ ਗ੍ਰਿਫਤਾਰ ਕਰਨ ਤੋਂ ਮਗਰੋਂ 6 ਵਜੇ ਗ੍ਰਿਫਤਾਰ ਕੀਤਾ, 10 ਵਜੇ ਹਾਈਕੋਰਟ ਐਂਟੀਸਪੇਟਰੀ ਬਿਲ ਮਿਲ ਰਹੀ ਆ, ਜਦੋਂ ਕਿ ਜਦੋਂ ਕਿ ਗ੍ਰਿਫਤਾਰ ਕਰਕੇ ਮੈਜਿਸਟਰੇਟ ਦੇ ਪੇਸ਼ ਕਰਨਾ ਹੁੰਦਾ, ਹਾਈਕੋਰਟ 'ਚ ਇੱਕ ਪੁਆਇੰਟ ਜੱਜ ਕੀਤਾ ਗਿਆ, ਬਲਕਿ ਚੀਫ ਜਸਟਿਸ ਤੱਕ ਇਹਨਾਂ ਨੇ ਟ੍ਰਾਂਸਫਰ ਕੀਤੇ। ਬਹੁਤ ਜ਼ਮੀਨ ਅਸਮਾਨ ਦਾ ਫਰਕ ਆ, ਔਰ ਇਹ ਫਰਕ ਮੈਂ ਤੁਹਾਨੂੰ ਦੱਸਾਂ ਜ਼ਿਆਦਾ ਜਦੋਂ ਪਿਆ, ਜਦੋਂ ਜਸਟਿਸ ਦੀਪਕ ਮਿਸ਼ਰਾ ਇਹ ਸੀਗੇ ਚੀਫ ਜਸਟਿਸ, ਉਹਨਾਂ ਨੇ ਜਿਹੜੀ SITP ਜਦੋਂ ਮੈਂ ਆਪਣਾ ਉਹ ਲੀਡਰ ਆਫ ਆਪੋਜੀਸ਼ਨ ਛੱਡ ਕੇ ਆਇਆ, ਉਸ ਤੋਂ ਬਾਅਦ ਦੀ ਗੱਲ ਆ, ਸਾਰੇ ਅਖਬਾਰਾਂ 'ਚ ਉਦੋਂ ਜਦੋਂ ਆਇਆ ਕਿ ਜੀ ਲੀਡਰ ਆਫ ਆਪੋਜੀਸ਼ਨ ਫੁਲਕਾ ਛੱਡ ਕੇ, ਕਿਉਂਕਿ ਮੈਂ ਦੇਖੋ ਗੱਲ ਇਹ ਆ ਕਿ ਵਾਹਿਗੁਰੂ ਨੇ ਐਸੀ ਮਿਹਰ ਕੀਤੀ ਆ ਕਿ ਮੇਰੇ ਰਿਗਾਰਡਿੰਗ ਜੋ ਵੀ ਖਬਰ ਹੁੰਦੀ ਹੈ ਨਾ ਨੈਸ਼ਨਲ ਨਿਊਜ਼ ਪੇਪਰ ਫਰੰਟ ਪੇਜ 'ਤੇ, ਨਹੀਂ ਅੱਜ ਕਿਹਨੂੰ ਪਤਾ ਲੀਡਰ ਆਫ ਆਪਰੇਸ਼ਨ ਪੰਜਾਬ 'ਚ ਕੌਣ ਆ ਕੌਣ ਨਹੀਂ, ਕਿਹਨੂੰ ਕੌਣ ਪੁੱਛਦਾ। ਜਦੋਂ ਮੈਂ ਬਣਿਆ ਉਹ ਵੀ ਫਰੰਟ ਪੇਜ ਨਿਊਜ਼ ਸੀ, ਜਦੋਂ ਮੈਂ ਰਿਜ਼ਾਈਨ ਕੀਤਾ ਹਰ ਨਿਊਜ਼ ਪੇਪਰ ਨੇ ਨੈਸ਼ਨਲ ਨੇ ਫਰੰਟ ਪੇਜ 'ਤੇ ਦਿੱਤਾ ਕਿ 84 ਦੇ ਕੇਸ ਕਰਨ ਕਰਕੇ ਰਿਜ਼ਾਈਨ ਕਰਕੇ ਆਇਆ, ਉਹਦਾ ਅਸਰ ਨਾ ਇਹ ਜੁਡੀਸ਼ੀ 'ਤੇ ਬੜਾ ਪਿਆ। ਹੁਣ ਜਸਟਿਸ ਦੀਪਕ ਮਿਸ਼ਰਾ ਜਾਣਦੇ ਸੀ, ਚੰਗੀ ਤਰ੍ਹਾਂ ਜਾਣਦੇ ਸੀ,
ਇਹਨਾਂ ਪਹਿਲਾਂ ਸਾਰੇ ਇਹ ਕਹਿੰਦੇ ਸੀ ਕਿ ਤਾਂ ਪੋਲਿਟਿਕਸ ਕਰਕੇ ਕਰ ਰਹੇ ਆ, ਪੋਲਿਟਿਕਸ ਕਰਕੇ ਕਰ ਰਹੇ ਆ। ਸੱਜਣ ਕੁਮਾਰ ਦੇ ਵਕੀਲ, ਟਾਈਟਲ ਦੇ ਵਕੀਲ ਇਹੀ ਕਹਿੰਦੇ ਸੀ ਇਹ ਤਾਂ ਜੀ ਇਹਨਾਂ ਨੇ ਆਪਣੀ ਪੋਲਿਟਿਕਸ ਚਮਕਾਉਣੀ ਆ ਤਾਂ ਇਹ ਕਰ ਰਹੇ ਆ। ਉਦੋਂ ਬਾਅਦ ਸਭ ਨੂੰ ਇਹ ਹੋ ਗਿਆ ਕਿ ਨਹੀਂ ਇਹ ਤਾਂ ਨਾ ਇਹ ਮੁੱਦਾ ਕੌਮ ਦੇ ਦਿਲ ਨੂੰ ਲੱਗਿਆ ਵਾ। ਜਸਟਿਸ ਦੀਪਕ ਗੁਪਤਾ ਨੇ ਕੋਰਟ ਵਿੱਚ ਕਿਹਾ ਜੇ ਦਾ ਹੋਲ ਕਮਿਊਨਿਟੀ ਇਜ਼ ਫੀਲਿੰਗ ਹਰਟ, ਸਮਥਿੰਗ ਵਾਈ ਡੋਂਟ ਯੂ ਡੂ ਸਮਥਿੰਗ, ਇਹ ਮਿਲਕੇ ਗਵਰਨਮੈਂਟ ਲਾਅਰ ਨੂੰ ਕਿਹਾ ਤੇ ਉਹਨਾਂ ਨੇ ਨਵੀਂ ਐਸ ਆਈ ਟੀ ਬਣਾਈ। ਇਹ 2018 ਜਨਵਰੀ ਚ ਨਵੀਂ ਐਸ ਆਈ ਟੀ ਬਣਾਈ। ਉਹ ਜਦੋਂ ਜੁਡੀਸ਼ੀਅਰੀ ਦੇ ਮਨ ਵਿੱਚ ਪਹਿਲਾਂ ਇਹ ਸੀਗਾ ਕਿ ਜੋ ਪੁਰਾਣਾ ਮੁੱਦਾ ਉਹਨੇ ਬਿਲਕੁਲ ਇਹਨੂੰ ਨਵਾਂ ਮੁੱਦਾ ਬਣਾ ਕੇ ਖੜਾ ਕਰਤਾ। ਉਸ ਤੋਂ ਬਾਅਦ ਇਹ ਜਸਟਿਸ ਮੁਰਲੀਧਰ ਦੀ ਜਜਮੈਂਟ ਪੜ੍ਹ ਲਓ ਸੀ ਜੋ ਸੱਜਣ ਕੁਮਾਰ ਨੂੰ ਕਨਵਿਕਸ਼ਨ ਸੀ। ਮੈਂ ਕਿਹਾ ਕਿਆ ਮਾਸਟਰ ਪੀਸ, ਕਿਆ ਮਾਸਟਰ ਪੀਸ ਬੇਟਾ, ਬਲਕਿ ਸਿੱਖ ਸਿੱਖ ਐਨ ਆਰ ਆਈ ਸਿੱਖ ਲੜਦੇ ਰਹੇ ਹੁਣ ਤੱਕ ਕਿ ਜੀ ਜੀਨੋਸਾਈਡ ਜੀਨੋਸਾਈਡ। ਉਹਨੇ ਆਪਣੀ ਜਜਮੈਂਟ ਚ ਪੂਰਾ ਇਹ ਲਿਖਤਾ ਕਿ ਇਟਸ ਅ ਕ੍ਰਾਈਮ ਅਗੇਂਸਟ ਹਿਊਮੈਨਿਟੀ ਵਿਚ ਇਜ਼ ਇਕੁਅਲ ਟੂ ਜੀਨੋਸਾਈਡ। ਦੇਖੋ ਜਜਮੈਂਟ, ਐਸੀ ਜਜਮੈਂਟ ਲਿਖੀ ਆ। ਇੱਥੇ ਵੀ ਕਈ ਸਟੇਟ ਅਤੇ ਕਈ ਕੰਟਰੀਆਂ ਨੇ ਜੀਨੋਸਾਈਡ ਆਲਰੇਡੀ ਉਹਨੂੰ ਰੈਕਗਨਾਈਜ਼ ਕੀਤਾ ਹੈ। ਕੋਸ਼ਿਸ਼ ਕਰਿਓ ਤੁਸੀਂ ਵੀ, ਕੁਛ ਕਰੋ ਇੰਡੀਆ 'ਚ ਵੀ ਹੋ ਸਕੇ ਜਾਂ ਕਿੱਦਾਂ। ਪਰ ਉਸ ਤੋਂ ਪਹਿਲਾਂ ਆਪਾਂ ਅਰਦਾਸ ਕਰਾਂਗੇ ਫੁਲਕਾ ਸਾਹਿਬ ਕਿ ਪਿਊਰੀ ਹਿਊਮੈਨਿਟੀ 'ਚ, ਪੂਰੀ ਇਨਸਾਨੀਅਤ 'ਤੇ, ਦੁਨੀਆ ਦੇ ਕਿਸੇ ਵੀ ਕੋਨੇ 'ਤੇ ਇੱਦਾਂ ਦਾ ਕੋਈ ਟਾਈਮ ਨਾ ਆਵੇ ਅਤੇ ਨਾ ਹੀ ਆਉਣ ਵਾਲੀਆਂ ਪੀੜ੍ਹੀਆਂ ਇਹ ਸੰਤਾਪ ਹੰਢਾਉਣ। ਕੁਐਸਚਨ ਬਹੁਤ ਸੀ ਫੁਲਕਾ ਸਾਹਿਬ, ਪਰ ਤੁਹਾਡੇ ਕੋਲ ਟਾਈਮ ਅਤੇ ਸਾਡੇ ਕੋਲ ਟਾਈਮ ਬੜੀ ਬੰਦਿਸ਼ ਹੈ। ਤੁਸੀਂ ਇਸ ਮੁੱਦੇ 'ਤੇ ਬਹੁਤ ਸੋਹਣਾ ਐਲੈਬਰੇਟ ਕੀਤਾ, ਬੜਾ ਦਿਲ ਨੂੰ ਲੱਗੀਆਂ ਕਈ ਗੱਲਾਂ ਜਿਹੜੀਆਂ ਸੱਚਾਈ ਅਸੀਂ ਸਾਰਿਆਂ ਦੇ ਸਾਹਮਣੇ ਲੈ ਆਉਂਦੀ ਹੈ। ਤੁਹਾਨੂੰ ਫਿਰ ਕਿਸੇ ਦਿਨ ਲਵਾਂਗੇ ਕਿਸੇ ਹੋਰ ਪੁਆਇੰਟਾਂ 'ਤੇ, ਨਾ ਕਿ ਪੋਲੀਟਿਕਸ 'ਤੇ, ਕਿਸੇ ਹੋਰ ਪੁਆਇੰਟਾਂ 'ਤੇ। ਅੱਜ ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਫੁਲਕਾ ਸਾਹਿਬ। ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਧੰਨਵਾਦ ਦਰਸ਼ਕੋ। ਇਹ ਸਨ ਸਰਦਾਰ ਹਰਵਿੰਦਰ ਸਿੰਘ ਫੁਲਕਾ, ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਇੰਡੀਆ। ਕਹਿੰਦੇ ਹੁੰਦੇ ਨਾ ਬੜਾ ਜਿਗਰਾ ਚਾਹੀਦਾ ਆ, ਬੜੇ ਹੌਸਲੇ ਚਾਹੀਦੇ ਆ ਜੇ ਕਿਤੇ ਕੋਈ ਗੱਲ ਸਿਰੇ ਲਾਉਣੀ ਹੋਵੇ ਤਾਂ। ਇਹਨਾਂ ਨੇ ਲਾ ਕੇ ਦਿਖਾਇਆ, ਕੰਟੀਨਿਊ ਆਪਦੀ ਐਫਰਟਸ ਲਾ ਰਹੇ ਨੇ। ਜਿਹੜਾ ਵੀ ਆ ਮੰਦਭਾਗੀ ਘਟਨਾ ਵਾਪਰੀ, ਪਰ ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ। ਆਪਾਂ ਫਿਰ ਕਿਸ ਦਿਨ ਇਹਨਾਂ ਨੂੰ ਲੈ ਕੇ ਆਵਾਂਗੇ। ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।